सतगुर की सेवा सफल है, सेवा सफल है। सतगुर की सेवा सफल है, सेवा सफल है। जे को करे चित लाए, सतगुर की सेवा सफल है, सेवा सफल है, सेवा सफल है। मन चिंदिया फल पावना, मन चिंदिया फल पावना। हो में विचो जाए, हो में विचो जाए, हो में विचो जाए। सतगुर की सेवा सफल है, सेवा सफल है, सेवा सफल है। बंधन तोड़े मुक्त होए, बंधन होए। सच्चे रे समाए, सच्चे रे समाए, सच्चे रे समाए। सतगुर की सेवा सफल है, सेवा सफल है। जे को करे चित लाए, सतगुर की सेवा सफल है, सेवा सफल है, सेवा सफल है। इस जग में नाम आलब है, इस जग में नाम आलब है। गुरमुख वसे मन आए, गुरमुख वसे मन आए, गुरमुख वसे मन आए। सतगुर की सेवा सफल है, सेवा सफल है। जे को करे चित लाए, सतगुर की सेवा सफल है, सेवा सफल है, सेवा सफल है। नानक जो गुर सेवे अपना, नानक जो गुर सेवे अपना। सिमर 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 गुरु
ਆਪਣਾ ਸੋਇਆ ਮਨ ਜਾਗਾਈ ਇੱਕ ਦਾਨ ਮੰਗੇ ਨਾਨਕ ਵਿਚਾਰਾ ਹਰਦਾਸ ਨੂੰ ਦਾਸ ਕਰਾਈ ਨਾਨਕ ਜੋਗ ਵਾਹੋ ਵਿਕਰਈਆਂ ਤੇਰੇ ਨਾਮ ਉੱਤੇ ਤੇ ਮੈਨੂੰ ਕੌਣ ਗਰੀਬ ਨੂੰ ਜਾਣਦਾਈ ਮੇਰੇ ਗਲ ਪਟਾ ਪਾਇਆ ਤੇਰੇ ਨਾਮ ਵਾਲਾ ਤੇਰੇ ਨਾਮ ਨੂੰ ਜੱਗ ਪਛਾਣਦਾਈ ਤੇਰਾ ਨਾਮ ਲੈ ਕੇ ਲੰਘ ਪਾਰ ਜਾਵਾਂ ਸ਼ਾਹ ਮਸਤਾਨਾ ਬਲੋਚਿਸਤਾਨੀ ਜੀ ਮੈਨੂੰ ਆਸਰਾ ਤੈਂਡੜੇ ਨਾਮਦਾਈ ਇੱਧਰ ਲੱਗ ਗਏ ਭਾਗ ਗਰੀਬਣੀ ਨੂੰ ਤੇ ਕਰਮ ਹੋਇਆ ਮੁਰਸ਼ਦ ਦੀ ਸ਼ਾਨਦਾਈ ਤੇਰਾ ਦਰ ਹੈ ਸਰ ਕੋ ਝੁਕਾਨੇ ਕੇ ਕਾਬਿਲ ਔਰ ਲੱਗੀ ਆਪਣੇ ਦਿਲ ਕੀ ਬੁਝਾਨੇ ਕੇ ਕਾਬਿਲ ਜੋ ਤੇਰੀ ਨਜ਼ਰ ਇਨਾਇਤ ਨਾ ਹੋਤੀ ਨਾ ਰਹਤੇ ਕਹੀਂ ਮੂੰਹ ਦਿਖਾਨੇ ਕੇ ਕਾਬਿਲ ਤੇਰਾ ਸਭ ਦੁਨੀਆ ਤੋਂ ਆਲਾ ਹੈ ਦਰਬਾਰ ਬਾਬਾ ਜੀ ਤੇਰਾ ਸਭ ਦੁਨੀਆ ਤੋਂ ਆਲਾ ਹੈ ਦਰਬਾਰ ਸ਼ਹਿਨਸ਼ਾਹ ਜੀਓ ਤੇਰਾ ਸਭ ਦੁਨੀਆ ਤੋਂ ਆਲਾ ਹੈ ਦਰਬਾਰ ਬਾਬਾ ਜੀ ਤੇਰਾ ਸਭ ਦੁਨੀਆ ਤੋਂ ਆਲਾ ਹੈ ਦਰਬਾਰ ਮਸਤਾਨਾ ਸ਼ਾਹ ਜੀ ਤੇਰਾ ਸਭ ਦੁਨੀਆ ਤੋਂ ਆਲਾ ਹੈ ਦਰਬਾਰ ਬਾਬਾ ਜੀ ਤੇਰਾ ਦਰਬਾਰ ਬਾਬਾ ਜੀ ਤੇਰਾ ਪਿਆਰ ਬਾਬਾ ਜੀ ਤੇਰਾ ਸਭ ਦੁਨੀਆ ਤੋਂ ਆਲਾ ਹੈ ਦਰਬਾਰ ਮਸਤਾਨਾ ਸ਼ਾਹ ਜੀ ਲਾ ਕੇ ਸੱਚੇ ਸੌਦੇ ਡੇਰਾ ਰੋਸ਼ਨ ਕਰਤਾ ਚਾਰ ਚੁਫੇਰਾ ਲਾ ਕੇ ਸੱਚੇ ਸੌਦੇ ਡੇਰਾ ਰੋਸ਼ਨ ਕਰਤਾ ਚਾਰ ਚੁਫੇਰਾ ਜਿਸਨੇ ਦਰ ਤੇ ਪਾਇਆ ਫੇਰਾ ਜਿਸਨੇ ਦਰ ਤੇ ਪਾਇਆ ਫੇਰਾ ਦਿੱਤਾ ਤਾਰ ਬਾਬਾ ਜੀ ਤੇਰਾ ਸਭ ਦੁਨੀਆ ਤੋਂ ਆਲਾ ਹੈ ਦਰਬਾਰ ਸ਼ਹਿਨਸ਼ਾਹ ਜੀਓ ਆਏ ਰੂਹਾਂ ਦੇ ਵਪਾਰੀ ਸ਼ਾਹ ਮਸਤਾਨਾ ਜੀ ਪਰ ਉਪਕਾਰੀ ਆਏ ਰੂਹਾਂ ਦੇ ਵਪਾਰੀ ਸ਼ਾਹ ਮਸਤਾਨਾ ਜੀ ਪਰ ਉਪਕਾਰੀ ਜਨਮ ਮਰਨ ਦੀ ਕੱਟਣ ਬਿਮਾਰੀ ਤੇ ਵੇਂਦੇ ਅਵਤਾਰ ਬਾਬਾ ਜੀ ਤੇਰਾ ਸਭ ਦੁਨੀਆ ਤੋਂ ਆਲਾ ਹੈ ਦਰਬਾਰ ਸ਼ਹਿਨਸ਼ਾਹ ਜੀਓ ਤੇਰਾ
ਪੰਜਾਂ ਸ਼ਬਦਾਂ ਦਾ ਸਿਮਰਨ ਦੱਸ ਕੇ ਮਾਰੇ ਤੀਰ ਪਰੇ ਮੰਦੇ ਕੱਸ ਕੇ ਪੰਜਾਂ ਸ਼ਬਦਾਂ ਦਾ ਸਿਮਰਨ ਦੱਸ ਕੇ ਮਾਰੇ ਤੀਰ ਪਰੇ ਮੰਦੇ ਕੱਸ ਕੇ ਸਿਤਾਰਾ ਸੱਚ ਖੰਡ ਦਾ ਦੱਸ ਕੇ ਸਿਤਾਰਾ ਸੱਚ ਖੰਡ ਦਾ ਦੱਸ ਕੇ ਦਿੱਤਾ ਤਾਰ ਬਾਬਾ ਜੀ ਤੇਰਾ ਸਭ ਦੁਨੀਆ ਤੋਂ ਆਲਾ ਹੈ ਦਰਬਾਰ ਸ਼ਹਿਨਸ਼ਾਹ ਜੀਓ ਤਾਰੇ ਕਈ ਜਨਮਾਂ ਦੇ ਰੋਗੀ ਕਾਮੀ ਕਪਟੀ ਕੁਸ਼ਤੀ ਰੋਗੀ ਤਾਰੇ ਕਈ ਜਨਮਾਂ ਦੇ ਰੋਗੀ ਕਾਮੀ ਕਪਟੀ ਕੁਸ਼ਤੀ ਰੋਗੀ ਆਇਆ ਕਰ ਤੇਰੇ ਤੇ ਭੋਗੀ ਮੈਂ ਕਰਨ ਪੁਕਾਰ ਬਾਬਾ ਜੀ ਤੇਰਾ ਸਭ ਦੁਨੀਆ ਤੋਂ ਆਲਾ ਹੈ ਦਰਬਾਰ ਸ਼ਹਿਨਸ਼ਾਹ ਜੀਓ ਤੇਰਾ ਸਭ ਦੁਨੀਆ ਤੋਂ ਆਲਾ ਹੈ ਤੇਰਾ ਸਭ ਦੁਨੀਆ ਤੋਂ ਹੱਲ ਹੈ ਦਰਬਾਰ ਸ਼ਹਿਨਸ਼ਾਹ ਜੀਓ ਤੇਰਾ ਸਭ ਦੁਨੀਆ ਤੋਂ ਹੱਲ ਹੈ ਦਰਬਾਰ ਬਾਬਾ ਜੀ ਤੇਰਾ ਸਭ ਦੁਨੀਆ ਤੋਂ ਹੱਲ ਹੈ ਦਰਬਾਰ ਬਾਬਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਸ਼ਹਿਨਸ਼ਾਹ ਕੇ ਸ਼ਹਿਨਸ਼ਾਹ ਬਾਬਾ ਮਸਤਾਨਾ ਸ਼ਾਹ ਬਲੋਚਿਸਤਾਨੀ ਜੀ ਤੇਰਾ ਹੀ ਆਸਰਾ ਸਾਕੀ ਤੇਰੇ ਦਰ ਦੇ ਉੱਤੇ ਆ ਗਏ ਮਸਤ ਦੀਵਾਨੇ ਤੇਰੇ ਨਾਮ ਦੀਆਂ ਧੁੰਮਾਂ ਪੈ ਗਈਆਂ ਸਾਰੇ ਵਿੱਚ ਜਮਾਨੇ ਸਭ ਨੂੰ ਬਾਬੇ ਨੇ ਮਸਤ ਬਣਾ ਦਿੱਤਾ ਭਰ ਦਿੱਤੇ ਪੈਮਾਨੇ ਨਜ਼ਰਾਂ ਨਾਲ ਪਿਲਾਤੀ ਬਾਬੇ ਨੇ ਖੋਲ ਦਿੱਤੇ ਮੈਖਾਨੇ ਮੇਰੇ ਸੋਹਣੇ ਸਤਿਗੁਰ ਦਾ ਜਿਨ੍ਹਾਂ ਨੇ ਵੇਖਿਆ ਅੱਜ ਬਨਜਾਰਾ ਸ਼ਬਤਾਨਾ ਜੀ ਪਿਆਰੇ ਦਾ ਜਿਨ੍ਹਾਂ ਨੇ ਵੇਖਿਆ ਅੱਜ ਬਨਜਾਰਾ ਇੱਕ ਨਜ਼ਰ ਕਰਮ ਦੀ ਤੋਂ ਮਸਤੀ ਬਣ ਗਿਆ ਆਲਮ ਸਾਰਾ ਬਾਬੇ ਸ਼ਾਮ ਤਨ ਜੀ ਦਾ ਜਿਨ੍ਹਾਂ ਨੇ ਵੇਖਿਆ ਅੱਜ ਬਨਜਾਰਾ ਮੇਰੇ ਸਤਿਗੁਰ ਪਿਆਰੇ ਦਾ ਜਿਨ੍ਹਾਂ ਨੇ ਵੇਖਿਆ ਅੱਜ ਬਨਜਾਰਾ ਇੱਕ ਨਜ਼ਰ ਕਰਮ ਦੀ ਤੋਂ ਮਸਤੀ ਬਣ ਗਿਆ ਆਲਮ ਸਾਰਾ ਸ਼੍ਰੀ ਰਾਮ ਚੰਦਰ ਤੋਂ ਜੀ ਪਿਆਲੀ ਹਨੂਮਾਨ ਨੇ ਪੀਤੀ ਸ਼੍ਰੀ ਰਾਮ ਚੰਦਰ ਤੋਂ ਜੀ ਪਿਆਲੀ ਹਨੂਮਾਨ ਨੇ ਪੀਤੀ ਛਾਤੀ ਪਾੜ ਕੇ ਰੱਬ ਕੱਢਿਆ ਉੱਥੇ ਹੋ ਗਈ ਚਾਰ ਪ੍ਰੀਤੀ ਨੌ ਲੱਖੇ ਹਾਰ ਨੂੰ ਜੀ ਭਗਤ ਨੇ ਤੋੜ ਤੋੜ ਕੇ ਡਾਰਾ ਬਾਬੇ ਸ਼ਾਮ ਤਨ ਜੀ ਦਾ ਜਿਨ੍ਹਾਂ ਨੇ ਵੇਖਿਆ ਅੱਜ ਬਨਜਾਰਾ ਛੱਡ ਦੇ ਪੀਣੀ ਨੂੰ
ਕਰਦੇ ਪੀਣੀ ਨੂੰ ਪੀ ਲੈ ਤਨ ਸਤ ਗੁਰ ਦੀ ਪਿਆਲੀ ਹੁਣ ਤੂੰ ਛੱਡਦੇ ਪੀਣੀ ਨੂੰ ਪੀ ਲੈ ਰਾਮ ਨਾਮ ਦੀ ਪਿਆਲੀ ਜੀਵਨ ਸਫਲਾ ਹੋ ਜਾਵੇ ਤੇਰੀ ਹੋ ਜੈ ਰੂ ਮਤਵਾਲੀ ਇੱਕ ਵਾਰ ਦੇ ਪੀਣੇ ਦੁਬਾਰਾ ਬਾਬੇ ਸ਼ਾਮ ਤਨ ਜੀ ਦਾ ਜਿਨ੍ਹਾਂ ਨੇ ਵੇਖਿਆ ਅੱਜ ਨਜ਼ਾਰਾ ਰਵਿਦਾਸ ਭਗਤ ਨਾਲ ਜੀ ਰਵਿਦਾਸ ਭਗਤ ਨਾਲ ਜੀ ਗੋਸ਼ਟੀ ਆ ਪੰਡਤਾਂ ਨੇ ਕੀਤੀ ਕੰਮ ਕਰਦਾ ਚਮੜੇ ਦਾ ਹੋ ਗਈ ਜਿੰਦਾ ਰਾਮ ਨਾਲ ਪ੍ਰੀਤੀ ਕੰਮ ਕਰਦਾ ਚਮੜੇ ਦਾ ਹੋ ਗਈ ਸਤਿਗੁਰ ਨਾਲ ਪ੍ਰੀਤੀ ਰੰਬੀ ਮਾਰ ਕੇ ਆਸ਼ਕ ਨੇ ਰੰਬੀ ਮਾਰ ਕੇ ਆਸ਼ਕ ਨੇ ਜਨੇਊ ਕੱਟ ਥੱਟਿਆ ਗਲਵਾਲਾ ਮੇਰੇ ਸੋਹਣੇ ਸਤਿਗੁਰ ਦਾ ਜਿਨ੍ਹਾਂ ਨੇ ਵੇਖਿਆ ਅੱਜ ਬਨਜਾਰਾ ਸਤਿਗੁਰ ਤੋਂ ਜਿਹਦਾ ਨਾਮ ਹੈ ਸ਼ਮਲਤਾਨਾ ਤੇਰਾ ਸੇਵਕ ਉਦੋਂ ਦਾ ਅੱਜ ਤੱਕ ਹੋਇਆ ਫਿਰੇ ਦੀਵਾਨਾ ਨਾਮ ਸ਼ਮਲਤਾਨਾ ਜੀ ਦਾ ਸੰਗਤ ਨੂੰ ਲੱਗਦਾ ਹੈ ਬੜਾ ਪਿਆਰਾ ਬਾਬੇ ਸ਼ਮਲਤਾਨਾ ਜੀ ਦਾ ਜਿਨ੍ਹਾਂ ਨੇ ਵੇਖਿਆ ਅੱਜ ਬਨਜਾਰਾ ਸਤਿਗੁਰ ਪ੍ਰਗਟ ਆਏ ਧੰਨਵਾਦ ਪ੍ਰੇਮੀਆਂ ਦਾ ਜਿਨ੍ਹਾਂ ਨੇ ਰਲ ਮਿਲ ਮੰਗਲ ਗਾਏ ਨਾਮ ਸ਼ਮਲਤਾਨ ਜੀ ਦਾ ਨਾਮ ਬਲੋਚਿਸਤਾਨੀ ਦਾ ਸੰਗਤ ਨੂੰ ਲੱਗਦਾ ਹੈ ਬੜਾ ਪਿਆਰਾ ਬਾਬੇ ਸ਼ਮਲਤਾਨ ਜੀ ਦਾ ਜਿਨ੍ਹਾਂ ਨੇ ਵੇਖਿਆ ਅੱਜ ਬਨਜਾਰਾ ਇੱਕ ਨਜ਼ਰ ਕਰਮ ਦੀ ਤੋਂ ਮਸਤੀ ਬਣ ਗਿਆ ਆਲਮ ਸਾਰਾ ਬਾਬੇ ਸ਼ਮਲਤਾਨ ਜੀ ਦਾ ਜਿਨ੍ਹਾਂ ਨੇ ਵੇਖਿਆ ਅੱਜ ਬਨਜਾਰਾ ਜਿਨ੍ਹਾਂ ਨੇ ਵੇਖਿਆ ਅੱਜ ਬਨਜਾਰਾ ਜਿਨ੍ਹਾਂ ਨੇ ਵੇਖਿਆ ਅੱਜ ਬਨਜਾਰਾ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਸ਼ਹਿਨ ਸ਼ਾਹ ਕੇ ਸ਼ਹਿਨਸ਼ਾਹ ਬਾਬਾ ਮਸਤਾਨਾ ਸ਼ਾਹ ਬਲੋਚਿਸਤਾਨੀ ਜੀ ਤੇਰਾ ਹੀ ਆਸਰਾ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਧੰਨ ਸੱਚਾ ਸੌਦਾ ਧਾਮ ਜੰਗਲ ਮੇ ਮੰਗਲ ਤੂਨੇ ਕਰ ਦੀਏ ਮੇਰੇ ਪਰਮ ਸੰਤੋ ਕੇ ਨਿਆਰੇ ਰਾਮ ਤੇਰਾ ਹੀ ਜਲਵਾ ਨਜ਼ਰ ਆ ਰਿਹਾ ਹੈ ਮੈਂ ਕਰਕੇ ਜਿੱਧਰ ਵੀ ਨਜ਼ਰ ਦੇਖਦਾ ਹੂੰ ਤੇਰਾ ਹੀ
जलवा नजर आ रहा है। मैं करके जिधर भी नजर देखता हूँ, जिधर देखता हूँ उधर तू ही तू है। जदों बीज अंदर छजर देखता हूँ, तेरे नैनों में शहनशाह के नजरों में लुकिया समुंदर को देखूं, तेरे नजरों में लुकिया समुंदर को देखूं। खुदा भी शहनशाह के मगर पड़ा देखता हूं। तेरी एक नजर से जिंदगी निहाल हो गई, तेरी एक नजर से जिंदगी निहाल हो गई, तेरी एक नजर से जिंदगी निहाल हो गई। पूजा मस्ताना शादी कमाल हो गई, तेरी एक नजर, एक नजर, एक नजर, एक नजर से जिंदगी निहाल हो गई। पूजा मस्ताना शादी, पूजा शहन शादी अज कमाल हो गई, तेरी तेरी एक नजर से जिंदगी निहाल हो गई। हाँ जी, बेपरवाह दिशा जी नवाजी साध संग जी, धन धन सतगुरु, धन धन सतगुरु तेरा ही आसरा। वाकई बेपरवाह ताकत, वैसे तो जिन्ने भी परम सहायता आए ने जिधरों नज़र मार देन वो न्याली करते टुरे जाते, दया करते टुरे जाते, कमी नहीं छड़ते जिस जीव ते नज़र करते। दरख्त है ओदा दातन कर लैन तां उहनू मन जन्म देणगे, जे दरख्त दा फल खाणगे उहनू मानस जन्म देणगे, जिस जानवर ते उह सवारी करनगे उहनू मानस जन्म देणगे। इह संतां दा इक बड़ा वड्डा उहनां दा इक दया दा असूल है जिहनू आपां दया कहिंदे हां। अब बेपरवाह बेरी साहब एक्सीन मौके ते इत्थे एक्सीन सी सरसे च, उहदे ते सतगुरु ने कृपा कीती, डेरे आउण लग गया। फिर कोई साधन नहीं सी, या तां बैल गड्डी ते जांदे या कोई ट्राली वगैरह जे किसे हुंदी तां, काटी हुंदियां सी बहुत ही, और नहीं फिर जिवें गदराणे गए तो चौधरी का एक रिश्तेदार स्टेशन मास्टर सी, उन्हें कह के ट्रेन रुकाउंदे गदराने गड्डी रुकदी, तो कदे एक्सीडेंट दी जीप ते चले जांदे। कंगनपुर की जिहड़ी जमीन सी इतनी बेकार जमीन सी कि बंदा नहीं टप सकदा सी, खुबड़ खड्डे खोबे। तो एक बारी किसी ने कह दिता भी एक्सीन जेड़ा ना जीप प्राइवेट ले गया, उन्होंने रस्ते च रोक लिया सी आई डी वाले ने। उन्हें कहा भी मैं थले दे के थोनू मार सकता पर गड्डी नहीं रोकता। डेरे बाकी डेरे जाके कहिंदा जी हुण शहनशाह बोले भाई तू इधर कंगनपुर तरफ की लै जा, एक पुल हुण भी हैगा रेलवे स्टेशन दे रेलवे लाइन दे थले पुल हैगा कंगनपुर बनी थले दी, उत्थों दी टप के उन्हें उन्हां दे पहुंचण तो पहले अपनी जीप गैरज चलाती। अज उस जमीन का समझ लो भी मिट्टी का सोना बन गया, मुरली कोई नहीं। तो एक्सीन साहब कहण लगे जी मेरे लड़की दे घरे सत्संग करो, दरियागंज रहिंदी सी, बड़ी महंगी जगह सी। जो सत्संग फरमा के शहनशाह आउण लगे तो सूद कहण लगे जी मैं पुणे जाऊंगा। शहनशाह ने फरमाया भाई क्यों पुणे क्या लैण जाएगा, अगे जी मेरी इत्थे पुराई नहीं पैंदी। भाई कितने पैसे लेता है कि जी 600 लेता।
ਬੋਲੇ ਤੇ 600 ਸੇ ਪਰਾਈ ਨਹੀਂ ਪੈਂਦੀ। ਬੋਲੇ ਹਾਂਜੀ। ਤੋ ਠਹਿਰ ਪਈ ਅੱਠ ਦਿਨ। ਅੱਠਾਂ ਦਿਨਾਂ ਬਾਅਦ ਕੀ ਹੋਇਆ ਵੀ ਸੇਠਾਂ ਨੇ 2 ਏਕੜ ਜ਼ਮੀਨ ਸੀ, 125 ਬੰਦਾ ਕੰਮ ਕਰਦਾ ਸੀ, ਢਲਾਈ ਦਾ ਕਾਰਖਾਨਾ ਸੀ ਔਰ ਬਹੁਤ ਵੱਡੀ ਕੋਠੀ ਸੀ। ਉਹਨਾਂ ਦੇ ਵਿੱਚ ਕੋਈ ਸ਼ੇਅਰ ਸੀ, ਕੋਈ ਪੈਸਾ 2 ਪੈਸੇ ਸੂਦ ਦਾ। ਉਹਨਾਂ ਨੇ ਕਿਹਾ ਵੀ ਐਂ ਕਰੋ ਵੀ ਆਪਣੇ ਸੂਦ ਨੂੰ ਕੱਢੋ, ਇਹਦਾ ਕੋਈ 2 ਪੈਸੇ ਸ਼ੇਅਰ ਆ, ਆਪਾਂ ਦੇ ਦਿਆਂਗੇ ਇਹਨੂੰ ਕੱਢ ਦੇ। ਉਹਨਾਂ ਨੇ ਉਹਦੀ ਕੀਮਤ ਕੀ ਪਾਈ? 60,000 ਰੁਪਇਆ ਸਾਰੇ ਸਮਾਨ ਦੀ। ਤੋ ਸੂਦ ਕਹਿਣ ਲੱਗਾ ਵੀ ਮੇਰੇ ਨਾਂ ਤੇ ਛੱਡ ਦੇ। ਬੋਲੇ ਠੀਕ ਹੈ ਬਈ, ਪੈਸੇ ਲਿਆ ਦੇ, ਲੈ ਲਾ। ਹੁਣ ਉਹ ਪੂਨੇ ਗਿਆ ਆਪਦੀ ਭੈਣ ਕੋਲੇ, ਬੋਲਿਆ ਵੀ ਮੈਂ 60,000 ਦਾ ਕਾਰਖਾਨਾ ਲੈ ਲਿਆ ਔਰ ਤੂੰ ਮੈਨੂੰ ਪੈਸੇ ਦੇ ਦੇ। ਉਹ ਕਹਿੰਦੀ ਤੇਰੇ ਸੱਚੇ ਸੌਦੇ ਕੋਲ ਲੈ, ਇੱਥੇ ਪੈਸੇ ਭਾਲਦਾ। ਉਹ ਡੇਰੇ ਆ ਗਿਆ, ਡੇਰੇ ਆ ਗਿਆ ਤਾਂ ਬੇਪਰਵਾਹ ਮੈਦਾਨ ਚ ਖੜੇ ਤੇ ਸੂਤ ਕਹਿਣ ਲੱਗਿਆ ਜੀ ਮੈਂ ਕਾਰਖਾਨਾ ਲੈ ਲਿਆ ਤੇ ਪੈਸੇ ਹੈ। ਸ਼ਹਿਨਸ਼ਾਹ ਨੇ ਫਰਮਾਇਆ ਵੀ ਹਮਾਰੇ ਪਾਸ ਤੋਂ ਆਈ ਚਲਾਈ ਹੈ, ਹਮ ਤੋ ਇੱਧਰ ਸੇ ਲੇਤੇ ਹੈ, ਇੱਧਰ ਲੁਟਾ ਦੇਤੇ ਹੈ। ਔਰ ਵਾਕਈ ਸ਼ਹਿਨਸ਼ਾਹ ਕੋਲ ਇਸ ਤਰ੍ਹਾਂ ਸੀ, ਇੱਧਰੋਂ ਆਏ ਇੱਧਰ ਲੁਟਾਤੇ, ਇੱਧਰੋਂ ਆਏ ਤਾਂ ਇੱਧਰ ਲੁਟਾਤੇ, ਕੋਈ ਕੰਮ ਨਹੀਂ ਸੀ ਉੱਥੇ ਰੱਖਣ ਦਾ, ਆਏ ਔਰ ਗਏ ਬਸ। ਉੱਥੇ ਇੱਕ ਕੌਣ ਸੀ? ਇੱਕ ਸ਼ਾਮਣ ਸ਼ਾਹ ਦਾਤਾ, ਚਾਹੇ ਉਹਨੂੰ ਤੁਸੀਂ ਬੈਂਕ ਸਮਝ ਲਓ, ਚਾਹੇ ਉਸ ਨੂੰ ਤੁਸੀਂ ਕੋਈ ਵੱਡੀ ਫੈਕਟਰੀ ਜੋ ਮਰਜ਼ੀ ਸਮਝ ਲਓ, ਪਰ ਉਹ ਇੱਕ ਸ਼ਾਮਣ ਸ਼ਾਹ ਦਾਤਾ ਸੀ ਸਾਰਾ, ਹੋਰ ਕੁਛ ਨਹੀਂ ਸੀ। ਹੁਣ ਸਾਡਾ ਦਿਲ ਖਾਲੀ ਹੈ ਖੁਦਾ ਦੀ ਰਹਿਮਤ ਤੋਂ ਬਿਨਾਂ, ਤਦ ਹੀ ਅਸੀਂ ਬਾਹਰ ਦੀਆਂ ਚੀਜ਼ਾਂ ਨਾਲ ਪਿਆਰ ਕਰਦੇ ਹਾਂ। ਜਿੱਦੇ ਸਾਡਾ ਦਿਲ ਭਰਿਆ ਗਿਆ ਉੱਥੇ ਅਸੀਂ ਬਾਹਰ ਦੀ ਚੀਜ਼ ਨਾਲ ਪਿਆਰ ਨਹੀਂ ਕਰਾਂਗੇ, ਉਹਦੇ 'ਚ ਸਾਡੇ ਤਨ 'ਤੇ ਆਰਾ ਚੱਲ ਜੇ ਅਸੀਂ ਪਰਵਾਹ ਨਹੀਂ ਕਰਾਂਗੇ। ਹੁਣ ਤਾਂ ਕੰਡਾ ਵੱਜੇ ਤਾਂ ਵੀ ਹੈ, ਕਿਉਂ ਹੋ ਗਿਆ? ਦੁਨੀਆਂ ਵੀ ਆਖੂਗੀ ਇਹ ਫਲਾਣੇ ਥਾਂ ਡੇਰੇ ਜਾਂਦਾ ਸੀ, ਫਲਾਣੇ ਫਕੀਰ ਕੋਲ ਜਾਂਦਾ ਸੀ, ਇਹਨੂੰ ਐਂ ਕਿਉਂ ਹੋ ਗਿਆ? ਦਿਲ ਖਾਲੀ ਹੈ। ਤੋ ਬੋਲੇ ਬਈ ਤੇਰੀ ਭੈਣ ਸੇ ਲੈ। ਬੋਲਿਆ ਜੀ ਮੈਂ, ਉਹ ਤਾਂ ਮੁੱਕਰ ਗਈ। ਬੋਲੇ ਆਪ ਜਾ। ਜਦੋਂ ਦੁਬਾਰੇ ਗਿਆ ਤੋ ਉਹ ਭੈਣ ਕਹਿੰਦੀ ਭਾਵੇਂ 60 ਲੱਖ ਲੈ ਜਾ, 60,000 ਤੱਕ ਹੀ ਹੈ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ, ਤੇਰੀ ਇੱਕ ਨਜ਼ਰ ਸੇ ਜ਼ਿੰਦਗੀ ਨਿਹਾਲ। ਉਹ ਖੁਦਾ ਸ਼ਾਹ ਮਸਤਾਨਾ ਬਲੋਚਿਸਤਾਨੀ ਸੀ ਜਿਹਦੀ ਨਜ਼ਰ ਮਾਲੋ ਮਾਲ ਸੀ, ਜਿੱਧਰ ਨਜ਼ਰ ਹੋ ਗਈ ਕੋਈ ਕਮੀ ਨਹੀਂ ਰਹਿੰਦੀ ਸੀ, ਪਰ ਨਜ਼ਰ ਸੀ ਲਈ ਕੋਈ। ਮੋਹਣ ਦਿੱਲੀ ਵਾਲਾ ਦੱਸਦਾ ਸੀ, ਮੋਹਣ ਕਹਿਣ ਲੱਗਿਆ ਵੀ ਇੱਕ ਸੇਠ ਨੇ ਬੇਪਰਵਾਹ ਦੇ ਖਾਣਾ ਹਟਕਿਆ ਵੀ ਜੀ ਮੇਰੇ ਘਰ ਰੋਟੀ ਹੈ। ਟੇਬਲ ਫੇਰ ਉਹ ਤੋਂ ਕੋਈ ਜਾਣਦਾ ਨਹੀਂ ਸੀ, ਤੋ ਉਹਨੇ ਇੱਕ ਬਹੁਤ ਵੱਡਾ ਟੇਬਲ ਫੇਨ ਸੀ ਜਿਹੜਾ ਉਹ ਸਾਰਾ ਮਤਲਬ ਬੜੀਆਂ ਬੜੀਆਂ ਸਬਜ਼ੀਆਂ ਅਤੇ ਬੜੇ ਖਾਣੇ ਬਣਾ ਕੇ ਉਹਨੇ ਤਿਆਰ ਕਰ ਦਿੱਤਾ। ਬੇਪਰਵਾਹ ਨੇ ਗੇੜਾ ਦਿੱਤਾ ਉਹਦੇ ਬਾਹਰ ਦੀ, ਗੇੜਾ ਦੇ ਕੇ ਠੋਕਰ ਮਾਰੀ, ਸਾਰਾ ਕੁਝ ਖੰਡਿਆ ਤਾ। ਬੋਲੇ ਰੇ ਸੇਠ ਐਸੇ ਐਸੇ ਖਾਣੇ ਖਿਲਾਏਗਾ ਤੋ ਕੱਲ੍ਹ ਘੁੰਮਣ ਬੀਬੀ ਮੰਗੇਗਾ ਕਹਾਂ ਸੇ ਲਿਆਏਗਾ, ਤੁਸੀਂ ਫੈਸਲੇ ਦੇਖੋ ਕੱਲ੍ਹ ਪੁਰਖ ਦੇ। ਅਸੀਂ ਉਹਨਾਂ 'ਚ ਲੀਨ ਹੋ ਰਹੇ ਹਾਂ, ਗਲਤ ਗਰਕ ਹੋ ਰਹੇ ਹਾਂ। ਤੋ ਮੋਹਣ ਕੇ ਘਰੇ ਆ ਕੇ ਉਹਨਾਂ ਦੇ ਇੱਕ ਛਿੱਕੂ ਜਿਵੇਂ ਪਹਿਲੇ ਇੱਕ ਟੋਕਰੀ ਆਪਾਂ ਤਾਂ ਟੰਗ ਦਿੰਦੇ ਸੀ ਤਾਰ ਨਾਲ, ਕੋਈ ਵੀ ਬਿੱਲੀ ਕੋਈ ਜਾਨਵਰ ਮੂੰਹ ਨਾ ਪਾਵੇ, ਉਹਨਾਂ ਦੇ ਘਰੇ ਉਹਦੀ ਮਾਂ ਘਰੇ ਨਹੀਂ ਸੀ, ਸਾਰੇ ਪਰਿਵਾਰ ਨੇ ਮਹਾਰਾਜ ਜੀ ਤੋਂ ਨਾਮ ਲਿਆ ਸੀ ਮਹਾਰਾਜ ਸਾਹਿਬ ਨੇ ਸਤਿ। 2 ਰੋਟੀਆਂ 1 ਮੂੜੀ ਉਹ ਛਿੱਕੂ ਦੇ ਵਿੱਚ, ਉਹ ਸ਼ਹਿਨਸ਼ਾਹ ਨੇ ਚੱਕੀਆਂ, 1 ਮੂੜੀ ਅੱਧੀ ਮੂੜੀ ਤੇ 1 ਰੋਟੀ ਮੋਹਣ ਨੂੰ ਦਿੱਤੀ, ਅੱਧੀ ਮੂੜੀ ਤੇ 1 ਰੋਟੀ ਆਪ ਕਰ ਦਿੱਤੀ। ਬੋਲੇ ਮੋਹਣ ਜੇ ਹੈ ਫਕੀਰੋਂ ਕਾ ਖਾਣਾ। ਇੱਧਰ ਸੀਗਾ ਤਾਂ ਜੋ ਸ਼ਹਿਨਸ਼ਾਹ ਬਚਨ ਫਰਮਾਉਂਦੇ ਸੀ ਉਹ ਰਮਜ, ਜੋ ਕਹਿੰਦੇ ਸੀ ਹਾਂ ਜੀ ਠੀਕ ਹੈ ਜੀ। ਅਬ ਜਿਸ ਆਦਮੀ ਨੇ ਇਹਦੇ ਅੰਦਰ ਖਾਲੀ ਹੈ, ਜਿੰਨਾ ਚਿਰ ਫਕੀਰ ਦੀ ਰਮਜ ਨਹੀਂ ਫੜਦਾ ਉਤਨਾ ਚਿਰ ਇਹਦਾ ਬੇੜਾ ਪਾਰ ਨਹੀਂ ਹੁੰਦਾ। ਆਪਣੀ ਅਕਲ ਚਲਾਈ ਤੇ ਨੁਕਸਾਨ ਚ ਗਿਆ, ਘਾਟੇ ਬੰਦ ਸੁੱਟ ਗਿਆ।
ਪਹਿਲੀ ਗੱਲ ਤਾਂ ਉਹ ਤਾਕਤ ਮਿਲਣੀ ਬੜੀ ਮੁਸ਼ਕਿਲ ਹੈ ਹੀ ਨਹੀਂ, ਉਹ ਤਾਕਤ ਹੀ ਹੈ ਨਹੀਂ ਜਿਹੜੀ ਅੰਤਰਜਾਮੀ ਪੁਰਖ ਵਿਧਾਤਾ ਸ਼ਰਧਾ ਮਨ ਕੀ ਪੂਰੀ, ਜਿਹੜੀ ਸਾਡੀ ਮਨ ਦੀ ਸ਼ਰਧਾ ਪੂਰੀ ਕਰੇ ਉਹ ਤਾਕਤ ਹੀ ਹੈ ਨਹੀਂ। ਨੰਬਰ ਇੱਕ ਹੈ ਜੇ ਕਿਸੇ ਕੋਲ ਥੋੜ੍ਹੀ ਬਹੁਤੀ ਕਮਾਈ ਹੈਗੀ ਤਾਂ ਹਿਰਦਾ ਪੂਰਾ ਮਾਲੋ ਮਾਲ ਨਹੀਂ ਹੋਇਆ, ਖਾਲੀ ਹੈ, ਬਣੇ ਕਿਵੇਂ? ਖੁਸ਼ੀ ਰਾਮ ਨੂੰ ਬੇਪਰਵਾਹ ਕਹਿਣ ਲੱਗੇ, ਅਰੇ ਖੁਸ਼ੀ ਰਾਮ ਬਈ ਜੇ ਝੋਟਾ ਇੱਟਾਂ ਲੈ ਕੇ ਆਇਆ, ਚਾਦਰ ਵਿਛਾਓ, ਇਸ ਕਾ ਰੱਜ ਕਰਾਓ। ਹੁਣ ਚਾਦਰ ਵਿਛਾਤੀ, ਅੰਦਰ 5 ਕਿਲੋ ਬੂੰਦੀ ਸੀ। ਖੁਸ਼ੀ ਰਾਮ ਜਾਵੇ ਪੁੱਠਾ ਮੁੜ ਕੇ ਆ ਗਿਆ, ਫਿਰ ਸ਼ਹਿਨਸ਼ਾਹ ਬੋਲੇ ਅਰੇ ਲਿਆਤਾ ਕਿਉਂ ਨਹੀਂ ਲਿਆ? ਫਿਰ ਗਿਆ, ਤੀਸਰੀ ਵਾਰ ਨਾਰਾਜ਼ ਹੋਏ, ਫਿਰ ਲਿਆਇਆ। ਉਹ ਝੋਟਾ ਪਾਈ ਗਿਆ ਖੁਸ਼ੀ ਰਾਮ, ਝੋਟਾ ਖਾਈ ਗਿਆ। ਜਦੋਂ ਝੋਟਾ ਰੱਜ ਕੇ ਹਟ ਗਿਆ ਤਾਂ ਸ਼ਹਿਨਸ਼ਾਹ ਨੇ ਫਰਮਾਇਆ, ਅਰੇ ਖੁਸ਼ੀ ਰਾਮ ਜਿਤਨੀ ਤੇਰੀ ਹੈ ਉਤਨੀ ਜਾ ਕੇ ਸੰਭਾਲ ਲਿਆ ਆਪਣੇ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਅਰੇ ਐਸੀ ਤਾਕਤ, ਸਾਨੂੰ ਵਿਸ਼ਵਾਸ ਹੀ ਨਹੀਂ ਆਇਆ। ਜੇ ਵਿਸ਼ਵਾਸ ਹੁੰਦਾ ਤਾਂ ਸਾਡਾ ਕੰਮ ਬਣ ਜਾਂਦਾ, ਵਿਸ਼ਵਾਸ ਬਣਾ ਰਹਿ ਗਿਆ। ਬਾਬਾ ਸੋਨ ਵੰਡਦਾ, ਬਾਬਾ ਚਾਂਦੀ ਵੰਡਦਾ, ਬਾਬਾ ਨੋਟ ਵੰਡਦਾ, ਬਾਬਾ ਬੂੰਦੀਆਂ ਦਿੰਦਾ। 12,000 ਚ ਬੈਸਟ ਕਾਰ ਆਉਂਦੀ ਸੀ ਕੰਪਨੀ ਏਜੰਸੀ ਚੋਂ, 12,000 ਨਹੀਂ, 12,000 ਦੇ ਟਰੈਕਟਰ ਆਉਂਦਾ ਸੀ। ਲੇਕਿਨ ਕਿਸੇ ਪ੍ਰੇਮੀਆਂ ਨੇ ਇਹ ਨਹੀਂ ਸੋਚਿਆ ਵੀ ਯਾਰ 12,000 ਕਿਹੜੀ ਚੀਜ਼ ਹੈ, ਜੇ 500-500 ਕਰੀਏ ਤਾਂ 24 ਬੰਦੇ ਆਪਾਂ ਕਰਕੇ ਕਾਰ ਲਿਆ ਸਕਦੇ ਹਾਂ। ਸ਼ਹਿਨਸ਼ਾਹ ਨੇ ਇੱਕ ਸਿਰਫ 59 ਜੀਪ ਲਿਆਏ ਸੀਗੇ ਅਪ੍ਰੈਲ 'ਚ, ਅਤੇ 60 ਚੋਲਾ ਛੱਡ ਲਿਆ। ਆਹ ਸਾਡੀ ਰਿਸ਼ਤੇ। ਹੁਣ ਅਸੀਂ ਸਾਰੇ ਕਹਿੰਦੇ ਹਾਂ ਜੀ ਸ਼ਾਹ ਮਸਤਾਨਾ ਖੁਦਾ ਹੈ। ਅਰੇ ਜੇ ਖੁਦਾ ਨੂੰ ਮੰਨੋ ਤਾਂ ਤੁਹਾਨੂੰ ਬਾਬੇ ਨੇ ਇੱਕ ਜਿਹੜਾ ਬੇਪਰਵਾਹ ਨੇ ਫਰਮਾਇਆ ਸੀ ਨਾ, ਆ ਕੇ ਬਈ ਦੋ ਬਾਡੀਆਂ ਨਜ਼ਰ ਮੇ ਰੱਖੀ, ਬੁੱਲਾ ਔਰ ਸਤਨਾਮ ਸਿੰਘ, ਤੀਸਰੀ ਬਾਡੀ ਗੁਫੀਆ ਤੌਰ ਮੇ, ਉੱਥੇ ਫਿਰ ਦੋ ਕੱਟ ਲੱਗ। ਉਸ ਕਾ ਬਤਾਣੇ ਕਾ ਹੁਕਮ ਨਹੀਂ, ਸ਼ਾਮਣ ਸ਼ਾਹ ਕੇ ਹੁਕਮ ਸੇ ਉਸਮੇ ਮਸਤਾਨੀ ਮੌਜ ਬਸ ਜਾਏਗੀ। ਉਹ ਵਕਤ ਆ ਗਿਆ ਸੀ, ਪਿਛਲੇ ਦਿਨਾਂ 'ਚ ਆ ਗਿਆ ਸੀ। ਲੇਕਿਨ ਸਾਡੇ ਸਤਸੰਗੀਆਂ ਦੀ ਇੰਨੀ ਹਿੰਮਤ ਨਹੀਂ ਪਈ ਅਸੀਂ ਜਾ ਕੇ ਦਰਬਾਰ 'ਚ ਬੈਠ ਜਾਈਏ। ਸਭ ਪਿੱਛਾ ਦੇ ਗਏ। ਉਹ ਪ੍ਰਗਟ ਮੌਜ ਦਾ ਵਕਤ ਆ ਗਿਆ ਸੀ, ਟਾਈਮ ਆ ਗਿਆ ਸੀ, ਮਗਰ ਨਹੀਂ ਕਿਸੇ ਦੇ ਅੰਦਰ ਉਹ ਚੀਜ਼ ਬੜੀ। ਕਿਉਂ ਬੜੇ? ਹੁਣ ਅਸੀਂ ਬਾਹਰ ਖੁਆਸ਼ਾਂ ਦੇ ਗੁਲਾਮ ਹਾਂ, ਬੱਚਿਆਂ ਦੇ ਗੁਲਾਮ ਹਾਂ, ਬੀਬੀਆਂ ਦੇ ਗੁਲਾਮ ਹਾਂ, ਤੇ ਸਾਡੇ ਅੰਦਰ ਖੁਦਾ ਕਿਵੇਂ ਆਊਗਾ? ਖੁਦਾ ਤਾਂ ਫਿਰ ਆਉਂਦਾ ਜੇ ਅੰਦਰ ਆਵੇ, ਫਿਰ ਅਸੀਂ ਖੁਦਾ ਦੇ ਨਾਂ ਤੇ ਮਰਨ ਨੂੰ ਤਿਆਰ ਹੋ ਸਕਦੇ ਹਾਂ। ਔਰ ਸਾਨੂੰ ਸਾਹਮਣੇ ਖੁਦਾ ਸਾਰਾ ਕੁਛ ਦੇ ਕੇ ਗਿਆ, ਮਿਲਾ ਕੇ ਗਿਆ, ਦੱਸ ਕੇ ਗਿਆ, ਖਾਣੇ ਦਾ, ਪੀਣੇ ਦਾ, ਬੈਠਣ ਦਾ, ਉੱਠਣ ਦਾ, ਜੁਗਤੀ ਰਾਮ ਜਪਣ ਦੀ, ਸਾਰੀਆਂ ਚੀਜ਼ਾਂ ਦੱਸ ਕੇ ਗਏ, ਫਿਰ ਵੀ ਅਸੀਂ ਉਹਨਾਂ ਦੇ ਬਚਨ ਦੀ ਕੋਈ ਪਰਵਾਹ ਨਹੀਂ ਕਰਦੇ, ਕੋਈ ਅਮਲ ਨਹੀਂ। ਅੱਜ ਤੱਕ ਹੈ ਨਹੀਂ, ਪੁਰਾਣਿਆਂ ਦਾ ਹੈ ਨਹੀਂ, ਨਵੇਂ ਵਿਚਾਰਿਆਂ ਨੂੰ ਕੀ ਕਿਸੇ ਨੂੰ ਦੋਸ਼ ਦੇਈਏ? ਸਾਡੇ ਸਾਧੂਆਂ ਦਾ ਹੈ ਨਹੀਂ। ਸਹੀ ਗੱਲ ਤੇ ਮੇਰੇ ਕੋਲ ਸ਼ਰਮੇ ਦਾ ਫੋਨ ਆਇਆ ਕਿ ਜੀ ਤੁਸੀਂ ਆਇਆ ਆਖਤਾ ਵੀ ਸਾਡੇ ਸਾਧੂਆਂ 'ਚ ਕੱਖ ਨਹੀਂ, ਇਹ ਨਾ ਆਖਿਆ ਕਰੋ। ਮੈਂ ਕਿਹਾ ਚਲੋ ਮੈਥੋਂ ਗਲਤੀ ਹੋ ਗਈ, ਮੈਂ ਨਹੀਂ ਆਖਦਾ, ਪਰ ਹੈ ਤਾਂ ਤੂੰ ਮੈਨੂੰ ਦੱਸ ਦੇ ਪੀਰਾ, ਆਪਾਂ ਦੋਵੇਂ ਵਕਤ ਚੱਲਦੇ ਹਾਂ, ਜਿੱਥੇ ਹੈ ਤੂੰ ਦੱਸ ਦੇ ਵੀ ਇੱਥੇ ਹੈਗਾ। ਹੁਣ ਸੱਚ ਤਾਂ ਸੱਚ ਹੀ ਆਖਣਾ, ਉਹ ਝੂਠ ਕਿਵੇਂ ਆਖਦੀ ਹੈ? ਦੱਸ, ਹੈਂ, ਝੂਠ ਕਿਵੇਂ ਬੋਲਦੀ ਏ? ਜੇ ਹੋਵੇ ਤਾਂ ਸ਼ਹਿਨਸ਼ਾਹ ਨੇ ਉਹ ਦੌਲਤ ਦਿੱਤੀ ਸੀ, ਗਲੀਆਂ ਕੂਚੇ ਕੂਚੇ ਚ ਨਾਰੇ ਲੱਗਦੇ ਫਿਰਨ, ਸ਼ਾਹ ਮਸਤਾਨਾ ਬਲੋਚਿਸਤਾਨੀ, ਸ਼ਾਹ ਮਸਤਾਨਾ ਬਲੋਚਿਸਤਾਨੀ, ਕੂਚੇ ਕੂਚੇ ਚ। ਜੇ ਸਾਡੇ ਅੰਦਰ ਉਹ ਰਾਮ ਦਾ ਕੀ ਹੁੰਦਾ, ਇੱਕ ਆਪਣੇ ਸ਼ਾਹ ਮਸਤਾਨੇ ਬਲੋਚਿਸਤਾਨੀ ਦਾ ਵਿਸ਼ਵਾਸ ਹੁੰਦਾ, ਵਿਸ਼ਵਾਸ ਹੀ ਟੁੱਟ ਗਿਆ, ਨਾਰੇ ਕਿਵੇਂ ਲੱਗਣਗੇ? ਵਿਸ਼ਵਾਸ ਤਾਂ ਹੈ ਹੀ ਨਹੀਂ ਵੀ ਸਾਡਾ ਸਤਿਗੁਰੂ ਖੁਦਾ ਸੀ। ਤੇਰੀ ਇੱਕ ਨਜ਼ਰ ਸੇ ਜ਼ਿੰਦਗੀ ਨਿਹਾਲ ਹੋ ਗਈ, ਪੂਜਾ ਮਸਤਾਨਾ ਸ਼ਾਦੀ ਕਮਾਲ ਹੋ ਗਈ। ਤੇਰੀ ਇੱਕ ਨਜ਼ਰ ਸੇ ਜ਼ਿੰਦਗੀ ਨਿਹਾਲ ਹੋ ਗਈ, ਤੇਰੀ ਜਿਸ ਦਿਨ ਦਾ ਮੈਂ
ਪੱਲਾ ਪਕੜਾ ਹੋਈਆਂ ਦੂਰ ਬੁਲਾਵਾਂ, ਜਿਸ ਦਿਨ ਦਾ ਮੈਂ ਪੱਲਾ ਪਕੜਾ ਹੋਈਆਂ ਦੂਰ ਬੁਲਾਵਾਂ। ਭੁੱਖ ਗਰੀਬੀ ਦੂਰ ਕਰੀ ਤੂੰ ਤੇਰੇ ਹੀ ਗੁਣ ਗਾਵਾਂ, ਭੁੱਖ ਗਰੀਬੀ ਦੂਰ ਕਰੀ ਤੂੰ ਤੇਰੇ ਹੀ ਗੁਣ ਗਾਵਾਂ। ਅਬ ਔਰ ਕਿਸੀ ਦਰ ਜਾਣੇ ਕੀ ਹੋ, ਅਬ ਔਰ ਕਿਸੀ ਦਰ ਜਾਣੇ ਕੀ ਬਈ ਟਾਲ ਹੋ ਗਈ, ਤੇਰੀ ਇੱਕ ਨਜ਼ਰ ਜ਼ਿੰਦਗੀ ਇੱਕ ਨਜ਼ਰ ਸੇ ਜ਼ਿੰਦਗੀ ਨਿਹਾਲ ਹੋ ਗਈ। ਪਹਿਲੇ ਉਹ ਲੁਧਿਆਣੇ ਮੈਨੇਜਰ ਰਿਹਾ, ਫਿਰ ਬਦਲੀ ਹੁੰਦੀ ਹੁੰਦੀ ਬੇਪਰਵਾਹ ਕੋਲੇ ਆਉਂਦਾ, ਚੁੰਦੜੀ ਪਾ ਕੇ ਨੱਚਦਾ। ਔਰ ਉਹਦੇ ਘਰ ਵਾਲੀ ਬੜੀ ਨਾਰਾਜ਼ ਹੁੰਦੀ ਵੀ ਬੇਵਕੂਫ ਏਡਾ ਵੱਡਾ ਅਫਸਰ ਹੋ ਕੇ ਚੁੰਦੜੀ ਪਾ ਕੇ ਨੱਚਦਾ, ਉੱਤੇ ਚੁੰਦੜੀ ਲੈ ਕੇ ਨਾ ਤੇ ਨਾਚ ਕਰਦਾ ਬੇਪਰਵਾਹ ਅੱਗੇ। ਫਿਰ ਉਹ ਰਿਟਾਇਰ ਹੋਣ ਤੋਂ ਬਾਅਦ ਉਹਨੇ ਦਿੱਲੀ ਜਾ ਕੇ ਆਪਣਾ ਮਕਾਨ ਬਣਾ ਲਿਆ। ਅਸੀਂ ਵੀ ਗਏ ਵੀ ਡੇਰਾ ਦੇਖ ਕੇ ਆਵਾਂਗੇ, ਜਿਹੜਾ ਪਹਿਲੇ ਡੇਰਾ ਬਣਿਆ ਮਨੇਜ ਸਾਹਿਬ ਨੇ ਬਣਾਇਆ ਸੀ ਜਾ ਜਾਲਾ। ਰਾਤ ਨੂੰ ਉਹਦੇ ਕੋਲ ਰਹੇ, ਸਵੇਰੇ ਕਹਿੰਦਾ ਵੀ ਚਲੋ ਅਸੀਂ ਵੀ ਨਾਲ ਆਏ ਮਨੋਹਰ, ਤੂੰ ਵੀ ਚੱਲ। ਮਨੇਜ ਸਾਹਿਬ ਬਾਹਰ ਖੜੇ, ਵਾਹਵਾ ਸੰਗਤ ਕਾਫੀ, ਮੇਰੇ ਖਿਆਲ 100 ਕੁ ਬੰਦੇ ਦੇ ਨੇੜਾ ਹੋਣਾ। ਤੋ ਮਨੇਜ ਸਾਹਿਬ ਕਹਿਣ ਲੱਗੇ ਮਨੋਹਰ ਦੇਖ ਡੇਰਾ ਚੰਗਾ ਬਣਿਆ ਹੈ। ਤਾਂ ਪਤਾ ਕੀ ਬੋਲਦਾ, ਕਹਿੰਦਾ ਮੈਂ ਤੇਰੇ ਡੇਰੇ ਨੂੰ ਵੇਖਾਂ ਕਿ ਸ਼ਾਮ ਸਾਰੇ ਨੂੰ ਵੇਖਾਂ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਦੇਖੋ ਨਾ ਇੱਕ ਗ੍ਰਿਸਤੀ ਆਦਮੀ ਕਿੱਡੀ ਬਾਤ ਉਹਨੇ ਉੱਚੀ ਸੁੱਚੀ ਕਹੀ, ਹਾਂਜੀ ਹੈ ਨਾ ਕਮਾਲ ਦੀ ਬਾਤ। ਔਰ ਮਨੇਜ ਸਾਹਿਬ ਨੇ ਉਸ ਬਾਤ ਦੇ ਉੱਤੇ ਫੁੱਲ ਚੜਾਏ, ਸੰਗਤ ਨੂੰ ਉਪਦੇਸ਼ ਦਿੱਤਾ ਵੀ ਤੁਹਾਨੂੰ ਵੀ ਇਸ ਤਰ੍ਹਾਂ ਹੋਣਾ ਚਾਹੀਦਾ। ਹੁਣ ਜੇ ਉਹਦੇ ਅੰਦਰ ਸ਼ਹਿਨਸ਼ਾਹ ਦਾ ਰੰਗ ਸੀ ਤਾਂ ਹੀ ਉਹਨੇ ਇਹ ਬਾਤ ਕਹੀ ਨਾ, ਨਹੀਂ ਤਾਂ ਕਹਿੰਦਾ ਹਾਂਜੀ ਬਹੁਤ ਵਧੀਆ ਬਣੇ ਕਹਿ ਸਕਦਾ ਸੀ ਨਾ। ਤਾਂ ਉਹਦੇ ਅੰਦਰ ਕੀ ਸੀਗਾ ਕਿ ਸ਼ਹਿਨਸ਼ਾਹ ਤੋਂ ਬਿਨਾਂ ਦੂਜੀ ਬਾਤ ਹੀ ਨਹੀਂ ਸੀਗੀ, ਨਾ ਬੱਚੇ ਸੀ ਨਾ ਜਨਾਨੀ ਸੀ ਨਾ ਪੈਸਾ ਸੀ, ਇੱਕ ਸਤਿਗੁਰ ਸ਼ਾਹ ਮਸਤਾਨਾ ਸੀ। ਜਿਹਦੇ ਕੋਲ ਉਹ ਆ ਗਿਆ ਉਹਦੇ ਕੋਲ ਸਾਰਾ ਕੁਛ ਹੀ ਆ ਗਿਆ, ਮਾਲੋ ਮਾਲ ਹੈ, ਉਹਨੂੰ ਕੋਈ ਕਮੀ ਨਹੀਂ। ਤੇਰੀ ਇੱਕ ਨਜ਼ਰ ਸੇ ਜ਼ਿੰਦਗੀ ਨਿਹਾਲ ਹੋ ਗਈ, ਤੇਰੀ ਇੱਕ ਨਜ਼ਰ ਸੇ ਜ਼ਿੰਦਗੀ ਨਿਹਾਲ ਹੋ ਗਈ। ਪੂਜਾ ਮਸਤਾਨਾ ਸ਼ਾਦੀ ਕਮਾਲ ਹੋ ਗਈ, ਤੇਰੀ ਇੱਕ ਨਜ਼ਰ ਸੇ ਜ਼ਿੰਦਗੀ ਨਿਹਾਲ ਹੋ ਗਈ, ਤੇਰੀ ਇੱਕ ਨਜ਼ਰ ਸੇ ਜ਼ਿੰਦਗੀ ਨਿਹਾਲ ਹੋ ਗਈ। ਸ਼ਹਿਨਸ਼ਾਹ ਦਾ ਡੇਰਾ ਲੱਗੇ ਸੱਚਖੰਡ ਤੋਂ ਨਜ਼ਾਰਾ ਏ, ਸ਼ਹਿਨਸ਼ਾਹ ਦਾ ਡੇਰਾ ਲਾਗੇ ਸੱਚਖੰਡ ਕਾ ਨਜ਼ਾਰਾ ਸੈ, ਹਰ ਇੱਕ ਪ੍ਰੇਮੀ ਪ੍ਰੇਮ ਦੀਵਾਨਾ ਲਾਗੇ ਸਭ ਕੋ ਪਿਆਰਾ ਸੈ, ਹਰ ਇੱਕ ਪ੍ਰੇਮੀ ਪ੍ਰੇਮ ਦੀਵਾਨਾ ਲਾਗੇ ਸਭ ਕੋ ਪਿਆਰਾ ਸੈ। ਅਜਬ ਨਜ਼ਾਰੇ ਦੇਖ ਕੇ ਰੂਹ ਮਾਲੋ ਮਾਲ ਹੋ ਗਈ, ਤੇਰੀ ਇੱਕ ਨਜ਼ਰ ਸੇ ਜ਼ਿੰਦਗੀ ਨਿਹਾਲ ਹੋ ਗਈ। ਪੂਜਾ ਮਸਤਾਨਾ ਸ਼ਾਦੀ ਕਮਾਲ ਹੋ ਗਈ, ਤੇਰੀ ਇੱਕ ਨਜ਼ਰ ਸੇ ਜ਼ਿੰਦਗੀ ਨਿਹਾਲ ਹੋ ਗਈ, ਤੇਰੀ ਇੱਕ ਨਜ਼ਰ ਸੇ ਜ਼ਿੰਦਗੀ ਨਿਹਾਲ ਹੋ ਗਈ। ਪੂਜਾ ਮਸਤਾਨਾ ਸ਼ਾਦੀ ਕਮਾਲ ਹੋ ਗਈ, ਤੇਰੀ ਇੱਕ ਨਜ਼ਰ ਸੇ ਜ਼ਿੰਦਗੀ ਨਿਹਾਲ ਹੋ ਗਈ। ਚੌਥੇ ਪਦ ਕੀ ਬਾਤ ਬਤਾਤੇ, ਚੌਥੇ ਪਦ ਕੀ ਬਾਤ ਬਤਾਵੇ ਜਿਸਕਾ ਖੇਲ ਨਿਆਰਾ ਸੈ, ਚੌਥੇ ਪਦ ਕੀ ਬਾਤ ਬਤਾਤੇ ਜਿਸਕਾ ਖੇਲ ਨਿਆਰਾ ਸੈ, ਕਰਮ ਕਾਂਡ ਮੇ ਫਸੇ ਲੋਗੋ ਕਾ ਕਰਤੇ ਪਾਰ ਉਤਾਰਾ ਸੈ,
कर्म कांड में फंसे लोगों का करते पार उतारा से चौरासी कटते हैं सबकी। कर्म कांड वाकई साढ़े सतसंगियां का भी अजे कर्म कांड नहीं टुटिया। बड़े बड़े जिहड़े कहिंदे ना जी असीं बड़े प्रेमी हां मस्ताना जी दे, उन्हां तों कर्म कांड नहीं टुटिया। जमणे मरने च उन्हां दी उही रीत है, रीत नहीं टुटी उन्हां कोल संसार दी। वह अपने घरे सत्संग नहीं करवा सकते, कोई खुशी का टाइम हो वे, कोई गमी का टाइम हो वे, नहीं करा सकते। संसार दी रीतां च फसे हुए कि लोग की आखणगे। अब गुरु नानक साहब के जन्म साखी च लिखा सी कि मैं आप पढ़िया कि भी कोई आदमी जा रहा सी भी मैं देवी के दर्शन करके आना है। हाँ फिर बोली देवी देव दे। चौथे पद की बात बतावे जिनका खेल न्यारा सा, कर्म कांड में फंसे हुए लोगों का करते पारो तारा सा। तो कोई सत्संगी सी वो कहने लगा कितने चलना, कहना जी मैं देवी दे दर्शन करने चलना। बोले मैं तेन सवेरे इत दर्शन करा दूंगा, तू रात रुक, सवेरे तेन मैं इतने दर्शन कराऊंगा। वो कहना भी ठीक है। सुबह 3 बजे उन्हें झाड़ू दिन की दिखाती, कहना सजना झाड़ू दे जाती आ देख। ये जन्म साखी च लिखा गुरु नानक साहब जी भी उत्थे दर ते झाड़ू दिंदी दिखा दिती उसने भी, जिस दे तू दर्शन करन जाना इत्थे झाड़ू मार दी है। तो संतां दे दर ते सारियां चीजां झाड़ू मार दियां ने। धन धन सतगुरु तेरा ही आसरा। ये कर्मकांड छड़दा नहीं, इहदा बेड़ा पार हुंदा नहीं। कर्मकांड छड्डे ते तां बेड़ा पार होवे, इहनूं विश्वास ही नहीं अपने मुरशिद ते कि लोग मैनूं की आखणगे, की आखणगे भाई। जदों संतां ने फैसला देता कि पुत्र जदों आदमी जांदी है इस मात लोक चों जांदा है, जहां आसा तहां बस, जिथे उहदा ख्याल है वह रूह उत्थे चली जाऊ। जे उहदा पैसे च ख्याल है तो सप्प दी जूनी च वग जूगा, जे उहदा बच्चों च ख्याल है तो सूर दी जूनी च वग जूगा, जे होर ख्याल है तो मच्छी डड्डू की जूनी च बग जूगा। हूँ नहावन तो तुम कितने जाओगे? अगे जी मत्स्य है, चलो नहा के आईए। अरे भाई कितने नहा के आओगे? मत्स्य वाले पानी नालों तो तुम खाले च नहा लो, चंगा है, बगदा पानी है। मत्स्य वाले पानी तो लोगों का पाप है, निरा निरा पाप। अब कामी उत्थे नहाउंदा है, क्रोधी उत्थे नहाउंदा है, भोगी उत्थे नहाउंदा है, बाकी रह की गया भाई? वो तो पापा का बेड़ा है। जिथे तुसी मस्या नूं नहाउण जांदे हो पापा का बेड़ा है, उहदे नाल तुसी बगदे पानी च नहा लो, नलके ते नहा लो, चंगा है, साफ तां है, पाप तां है नहीं उत्थे। देखे फिर कर्मकांड तो किवें बच गया? बोलो किन्नी गुरबाणी सुनदे रोज, कदे कर्मकांड तो बचदे ना? रोज पढ़ते, रोज उपदेश करते, रोज प्रचार करते, मगर कर्मकांड तो नहीं बचे। कर्मकांड चुरे फिरते, ये कर्मकांड ही है। शराबा कबाबा बुरे कर्म करने, निंदा चुगली, ये कर्मकांड है। की है ये कर्मकांड ही है। हाँ जी, लंबिया लंबिया बाहां करके प्रचार करते। अरे भाई तुसी आप सुधरोगे ता ही किसी नूं सुधारोगे। अब मलम्मा सोने की रीस किवें करूगा? मलम्मा सोने की रीस नहीं कर सकता। सोना सोना ही है, मलम्मा मलम्मा ही है। लंबिया बाहां करन दे नाल, प्रचार करन दे नाल रब राजी नहीं हुंदा। रब ता उहदे कानून वरतो, उहदा जिहड़ा कायदा कानून उह वरतो, फिर उह राजी होगा। ਉਹਨਾਂ ਚਿਰ ਰਾਜੀ ਨਹੀਂ ਹੁੰਦਾ। ਉਹ ਕਹਿੰਦਾ ਪੁੱਤਰ ਮੈਂ ਤੈਨੂੰ ਆਹ ਕਾਨੂੰਨ ਦੱਸਦਾ, ਤੂੰ ਇਹਦਾ ਦਾਇਰਾ ਬਖਸ਼। ਇੱਕ ਆਮ ਕਹਾਵਤ ਹੈ, ਪਹਿਲੇ ਵਕੀਲ ਜਿਹੜੇ ਸੀ ਨਾ ਉਹ ਕੀ ਕਰਦੇ ਸੀ ਬਈ ਪੈਸਾ ਬਾਅਦ ਚ ਲੈਂਦੇ, ਪਹਿਲੇ ਅਗਲੇ ਦਾ ਮੁਕੱਦਮਾ ਬਰੀ ਕਰਾਉਂਦੇ। ਕਿਸੇ ਵਕੀਲ ਨੇ ਮੁਕੱਦਮਾ ਸੀ ਕਿਸੇ ਦਾ, ਉਹ ਕਹਿੰਦਾ ਬਈ ਸੱਜਣਾ 3000 ਰੁਪਇਆ ਲਊਂਗਾ,
ਪਰ ਮੈਂ ਤੈਨੂੰ ਬਰੀ ਕਰ। ਕਹਿੰਦਾ ਜੀ ਦੱਸੋ। ਕਹਿੰਦਾ ਵੀ ਤੈਨੂੰ ਜੱਜ ਪੁੱਛੂਗਾ ਵੀ ਫਲਾਣਾ ਕੰਮ ਕੀਤਾ, ਤੂੰ ਕਹਿੰਦੀ ਟੁਰ। ਫਿਰ ਤੈਨੂੰ ਉਹ ਕਹੂਗਾ ਜੀ ਫਲਾਣਾ ਕੰਮ ਕੀਤਾ, ਤੂੰ ਕਹਿੰਦੀ ਟੁਰ। ਜੋ ਤੈਨੂੰ ਸਵਾਲ ਪੁੱਛੇ ਤੂੰ ਟੁਰ ਨਾ ਛੱਡੀ। ਉਹ ਕਹਿੰਦਾ ਜੀ ਠੀਕ ਹੈ। ਹੁਣ ਉਹ ਕਰਦੇ ਕਰ ਜੱਜ ਕਹਿੰਦਾ ਪਾਗਲਾ ਜਾ ਬਰੀ। ਉਹ ਕਹਿੰਦਾ ਵੀ ਲਿਆ ਮੇਰਾ 3000 ਰੁਪਇਆ। ਕਹਿੰਦਾ ਟੁਰ। ਕਹਿੰਦਾ ਕੀ ਗੱਲ? ਕਹਿੰਦਾ ਤੂੰ ਹੀ ਸਿਖਾਈ ਸੀ। ਕਹਿੰਦਾ ਤੂੰ ਹੀ ਸਿਖਾਈ ਸੀ, ਸਾਡੀ ਤਾਂ ਉਹ ਗੱਲ ਹੈ। ਟੁਰ ਬੋਲਦੇ ਰੱਬ ਨੂੰ, ਰੱਬ ਨਾਲ ਟੁਰ ਕਰਦੇ ਆ। ਜੇ ਕਰ ਜੇ ਅਸੀਂ ਕੋਈ ਫੀਸ ਦੇਈਏ ਤਾਂ ਸਾਡੀ ਕੰਮ ਬਣੇ। ਹਾਂ ਬੋਲ। ਤੇਰੀ ਇੱਕ ਨਜ਼ਰ ਸੇ ਜ਼ਿੰਦਗੀ ਨਿਹਾਲ ਹੋ ਗਈ, ਤੇਰੀ ਇੱਕ ਨਜ਼ਰ ਸੇ ਜ਼ਿੰਦਗੀ ਨਿਹਾਲ ਹੋ ਗਈ। ਪੂਜਾ ਮਸਤਾਨਾ ਸ਼ਾਦੀ ਕਮਾਲ ਹੋ ਗਈ, ਤੇਰੀ ਇੱਕ ਨਜ਼ਰ ਸੇ ਜ਼ਿੰਦਗੀ ਨਿਹਾਲ ਹੋ ਗਈ। ਚੌਥੇ ਪਦ ਕੀ ਬਾਤ ਬਤਾਤੇ ਜਿਨਕਾ ਖੇਲ ਨਿਆਰਾ ਸੈ ਕਰਮ ਕਾਂਡ ਮੇਂ। ਪਿਰਤੀ ਆਇਆ ਸੀ ਇੱਥੇ। ਅੱਛਾ ਚਾਹ ਪੀਣਾ। ਆ ਪਿਰਤੀ ਅਮੀਰਾਂ ਬੈਠੀ ਹੈ ਇੱਥੇ। ਬਾਬੇ ਨੇ ਨਵੀਂ ਜ਼ਿੰਦਗੀ ਦਿੱਤੀ ਇਹਨੂੰ ਸ਼ਾਹ ਮਸਤਾਨਾ। ਐਨ ਆਖਰੀ ਲਬਾਂ ਤੇ ਮੋੜ ਕੇ ਲਿਆਂਦਾ ਸਤਿਗੁਰ ਔਰ ਆ ਫਿਰਦਾ ਕੋੜੇ ਵਰਗਾ। ਅਰੇ ਹੋਰ ਖੁਦਾ ਕੀ ਕਰੂਗਾ ਬੋਲ ਕਮਲਿਓ, ਹੋਰ ਖੁਦਾ ਤੋਂ ਕੀ ਮੰਗਦੇ ਆਪਾਂ? ਫਿਰ ਅਸੀਂ ਖੁਦਾ ਨਾਲ ਠੱਗੀ ਹੈ ਨਾ। ਉਹ ਖੁਦਾ ਕਹਿੰਦਾ ਮੈਂ ਤੇਰੇ ਸਾਰੇ ਕੰਮ ਕਰਦਾ, ਤੂੰ ਕਰਵਾਉਣ ਵਾਲਾ ਤਾਂ ਬਣ। ਕੋਈ ਆਪਣੇ ਦਰ ਤੇ ਇੱਥੇ ਮੰਗਤਾ ਆ ਜੇ ਉਹਨੂੰ ਆਪਾਂ ਇੱਕ ਵਾਰੀ ਕਹਿ ਦਈਏ ਜਾ, ਉਹ ਕਹਿੰਦੇ ਨਹੀਂ ਪਾਉਂਦਾ ਤਾਂ ਚੱਲ ਮੈਂ ਅਗਲੇ ਘਰ ਬਗਜੂ, ਕੀ ਲੈ ਜੂਗਾ, ਕੁਝ ਨਹੀਂ ਲਿਜਾ ਸਕਦਾ ਨਾ। ਹਾਂਜੀ। ਅਗਰ ਉਹ ਕਰੀ ਜਾਵੇ ਪਾ ਮਾਈ ਪਾ ਮਾਈ, ਆਖਰ ਉਹਨੂੰ ਕੁਛ ਨਾ ਕੁਛ ਦਾਲ ਆਟਾ ਦੇ ਕੇ ਪੈਂਡਾ ਛਡਾਉਣਾ ਪਊਗਾ। ਅਰੇ ਜੇ ਅਸੀਂ ਖੁਦਾ ਦੇ ਮੰਗਤੇ ਬਣਾਂਗੇ ਤਾਂ ਖੈਰ ਪਾਊਗਾ, ਅਸੀਂ ਮੰਗਤੇ ਬਣਦੇ ਨੀ। ਉਹਦਾ ਅੱਛਾ ਵੀ ਸੱਜਣਾ ਸੁੱਤਾ ਰਹਿ, ਤੇਰੀ ਮੌਜ ਹੈ, ਠਾਠਾ ਮਾਰ ਮਾਰ ਕਰਾੜੇ, ਮੈਂ ਕੀ ਲੈਣਾ। ਜਦੋਂ ਤੈਨੂੰ ਖਤਰਾ ਨੀ ਤੇਰੀ ਜ਼ਿੰਦਗੀ ਦਾ, ਫਿਰ ਮੈਂ ਕੀ ਲੈਣਾ? ਜੁੱਤੇ ਤੇਰੇ ਪੈਣਗੇ, ਦਰਗਾਹ ਜਾਵੇਗਾ। ਬਾਬੇ ਨੇ ਫੈਸਲਾ ਦਿੱਤਾ ਪੁੱਤਰ ਇੱਥੇ ਇੱਕ ਦਿਨ ਸਿਮਰਨ, ਅੱਗੇ ਇੱਕ ਸਾਲ। ਅਗਰ ਇੱਥੇ ਤੁਸੀਂ ਇੱਕ ਦਿਨ ਕਰੋਗੇ ਅੱਗੇ ਇੱਕ ਸਾਲ ਕਰਨਾ ਪਊਗਾ। ਜਦੋਂ ਰੂਹ ਸਾਫ਼ ਹੋਊਗੀ ਫਿਰ ਉਹ ਮਾਲਕ ਦੇ ਘਰ ਜਾਊਗੀ। ਉਹ ਵੀ ਉਹ ਜੀਵ ਜਾਊਗਾ ਜਿਹੜਾ ਫਕੀਰ ਦੇ 3 ਬਚਨਾਂ ਤੇ ਪੱਕਾ ਹੈ, ਮਾਂ ਸ਼ਰਾਬ ਪਰਾਈ ਤੀ ਬੇਟੀ, ਉਹ ਜੀਵ ਜਾਊਗਾ। ਬਾਕੀ ਦੇ ਨਹੀਂ, ਬਾਕੀ ਦਿਆਂ ਨੂੰ ਜਲਮ ਮਿਲੂਗਾ ਕਾਨੂੰਨ ਕਾਇਦੇ ਮੁਤਾਬਕ, ਡਾਇਰੈਕਟ ਨਹੀਂ ਜਾ ਸਕਦਾ। ਡਾਇਰੈਕਟ ਉਹ ਜਾਊਗਾ ਜਿਹੜਾ ਕਾਇਦੇ ਕਾਨੂੰਨ ਦੇ, ਫਿਰ ਉਹਨੂੰ ਵੀ ਉੱਥੇ ਜਾ ਕੇ ਜਿਹੜੇ ਆਪਾਂ ਕਰਮ ਕਰਦੇ ਹਾਂ, ਜਿਹੜਾ ਪਰਮ ਸੰਤਨ ਉਹ ਆਪਣਾ ਜਦੋਂ ਨਾਮ ਦਿੰਦੇ ਨੇ ਧਰਮਰਾਜ ਦੇ ਕਾਗਜ਼ ਪਾੜ ਦਿੰਦੇ ਨੇ ਬੇਪਰਵਾਹ। ਕਈ ਵਾਰੀ ਇੱਕ ਵਾਰੀ ਨਾਮ ਦਿੰਦੇ ਦਿੰਦੇ 500 ਬੰਦਾ ਸੀ, ਅੱਗੇ ਵੀ ਗੁਮਰਾਹ ਦੇਣ, ਗੁਮਰਾਹ ਦਾ ਮਤਲਬ ਵੀ ਦੁਬਾਰਾ ਦੇਵਾਂ। ਤੋ ਸ਼ਹਿਨ ਸ਼ਾਹ ਅੰਦਰ ਜਾ ਕੇ ਕਹਿਣ ਲੱਗੇ, ਅੜੇ ਇੱਕ ਰੂਹ ਨੇ 500 ਰੂਹ ਕਰਨ ਸੀ ਮਾਰ ਦਿੱਤੀਆਂ। ਹੁਣ ਤੁਸੀਂ ਸਤਸੰਗੀ ਹੋ, ਅੰਦਾਜ਼ਾ ਲਾਓ, ਰੋਜ਼ ਸਤਸੰਗ ਸੁਣਦੇ ਹੋ, ਬਈ ਇੱਕ ਰੂਹ ਦਾ ਕਰਮ ਉਹਨਾਂ 500 ਨਾਲੋਂ ਜ਼ਿਆਦਾ ਸੀ ਨਾ। ਹੁਣ ਐਡੇ ਐਡੇ ਪਾਪੀਆਂ ਨੂੰ ਕਿਵੇਂ ਲੈ ਕੇ ਜਾਣਗੇ ਸੰਤ? ਬੋਲੋ ਕੋਈ। ਹੁਣ ਇੰਨਾ ਇੱਕ 500 ਕਿਲੋ ਦਾ ਬੱਟਾ ਪਾ ਦਈਏ ਤੇ ਕਿਲੋ ਦਾ ਬੱਟਾ ਥੱਲੇ ਝੁਕ ਜਾਵੇ, ਹੈ ਤਾਂ ਹੈਰਾਨਗੀ ਵਾਲੀ ਬਾਤ ਨਾ। ਤੋ ਇੰਨੇ ਇੰਨੇ ਪਾਪ ਆਪਣੇ ਪਰਮ ਸੰਤਾਂ ਨੇ ਨਾਮ ਦੇਣ ਦੇ ਵੇਲੇ ਕੱਟ ਕੇ ਫਿਰ ਆਪਾਂ ਨੂੰ ਨਾਮ ਦਿੱਤਾ ਬਿਲਕੁਲ ਚਿੱਟੀ ਚਾਦਰ ਕਰਕੇ। ਹਾਂ, ਫਿਰ ਉਹ ਤੋਂ ਬਾਅਦ ਕੀ ਹੈ ਵੀ ਜਿਹੜਾ ਅਸੀਂ ਇੱਥੇ ਕਰਮ ਕਰਦੇ, ਕਿਸੇ ਦਾ ਖਾਣਾ ਪੀਣਾ, ਰਿਸ਼ਤੇਦਾਰਾਂ ਨਾਲ ਵਰਤਣਾ, ਹੁਣ ਸਾਰੇ ਰਿਸ਼ਤੇਦਾਰ ਤਾਂ ਆਪਣੇ ਸਤਸੰਗੀ ਵੀ ਹੈ ਨਹੀਂ, ਕੋਈ ਖਾਣ ਪੀਣ ਵਾਲੇ ਵੀ ਹਨਗੇ, ਜਾਣਾ ਪੈਂਦਾ ਆਪਾਂ ਨੂੰ ਉੱਥੇ ਜਾ ਕੇ, ਆਪਾਂ ਕੋਈ ਮਾੜਾ ਮੋਟਾ ਉਹਦਾ ਲੰਗਰ ਪਾਣੀ ਵੀ ਜੈਸਾ ਕੋਈ ਹੈ ਕਰਦੇ ਹਾਂ,
ਉਹਦੇ ਨਾਲ ਬੋਲਦੇ ਚੱਲਦੇ ਵੀ ਹਾਂਗੇ, ਸਾਰਾ ਕੁਝ ਕਰਦੇ ਹਾਂ। ਮਗਰ ਸੰਤਾਂ ਦਾ ਕਾਨੂੰਨ ਕੀ ਹੈ ਕਿ ਉਹ ਪਾਪ ਤੁਹਾਡੇ ਨਾਲ ਲੱਗ ਗਿਆ, ਤੁਹਾਨੂੰ ਪਤਾ ਨਹੀਂ ਲੱਗਦਾ। ਕਿਉਂ? ਅੰਨੇ ਆਦਮੀ ਤੋਂ ਇੱਥੇ ਆਪਾਂ ਪੁੱਛੀਏ ਕੀ ਦੱਸੂਗਾ? ਸਜਾਖਾ ਹੀ ਦੱਸੂਗਾ ਨਾ। ਇਹ ਅੱਖਾਂ ਸਾਡੀਆਂ ਮਿੱਟੀ ਵੇਖਦੀਆਂ ਨੇ, ਅੰਦਰ ਵਾਲੇ ਰਾਮ ਨੂੰ ਤਾਂ ਨਹੀਂ ਵੇਖਦੀਆਂ ਨਾ। ਭਾਈ ਲਾਲੋ ਦੇ ਅੰਦਰ ਵਾਲੀ ਅੱਖ ਖੁੱਲੀ ਸੀ ਤੇ ਗੁਰੂ ਨਾਨਕ ਸਾਹਿਬ ਕੋਲੇ ਇੱਕ ਫਕੀਰ ਚਲਿਆ ਗਿਆ। ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗਿਆ, ਜੀ ਕੋਈ ਐਸਾ ਸਾਧੂ ਦੱਸੋ ਮੈਂ ਉਹਦੀ ਸੋਭਤ ਕਰਾਂ। ਗੁਰੂ ਸਾਹਿਬ ਕਹਿਣ ਲੱਗੇ ਵੀ ਤੂੰ ਜਾਣਾ ਕਿੱਧਰ ਹੈ? ਕਿ ਜੀ ਮੈਂ ਫਲਾਣੇ ਪਾਸੇ ਜਾਣਾ। ਭਾਈ ਉੱਧਰ ਭਾਈ ਲਾਲੋ ਇੱਕ ਤਰਖਾਣ ਹੈਗਾ, ਤੂੰ ਉਹਨੂੰ ਮਿਲੀ ਜਾਈ। ਕਹਿੰਦਾ ਜੀ ਬਹੁਤ ਅੱਛਾ। ਜਦੋਂ ਗਿਆ ਸਾਧੂ, ਉਹਨਾਂ ਨੇ ਰਾਮ ਰਵੱਈਆ ਕਰਕੇ ਮੰਜੀ ਡਾਹਤੀ, ਸਾਧੂ ਬੈਠ ਗਿਆ। ਉਹ ਸਿੜੀ ਬਣਾਉਣ ਲੱਗ ਗਿਆ ਤੋ ਸਾਧੂ ਕਹਿੰਦਾ, ਇਹ ਤੂੰ ਤਾਂ ਨਿਮਟ ਸੰਸਾਰੀ ਹੈ ਤੇ ਮੈਂ ਤੇਰੇ ਕੋਲ ਆਇਆ, ਤੂੰ ਇਹ ਕੀ ਕਰੀ ਜਾਂਦਾ? ਕਹਿੰਦਾ ਜੀ ਤੁਸੀਂ ਦੋ ਮਿੰਟ ਰੁਕੋ, ਮੈਨੂੰ ਇੱਕ ਜ਼ਰੂਰੀ ਕੰਮ ਹੈ, ਮੈਂ ਕਰ ਲਵਾਂ। ਸਾਧੂ ਕਹਿੰਦਾ ਕੀ ਜ਼ਰੂਰੀ ਕੰਮ ਹੈ? ਕਹਿੰਦਾ ਜੀ ਮੇਰਾ ਲੜਕਾ ਮੁਕਲਾਵਾ ਲੈਣ ਗਿਆ ਸੀ ਔਰ ਉਹਦੇ ਉੱਤੋਂ ਦੀ ਗੱਡੀ ਦਾ ਪਹੀਆ ਲੰਘ ਗਿਆ, ਉਹ ਗੁਜ਼ਰ ਗਿਆ, ਉਹਦੇ ਵਾਸਤੇ ਮੈਂ ਸਿੜੀ ਬਣਾਉਂਦਾ। ਤੋ ਸਾਧੂ ਕਹਿੰਦਾ ਕੀ ਉਹ ਮਤੇਰ ਮਾਰਦਾ ਸੀ? ਦੱਸ ਕੀ ਤੇਰੀ ਉਹਦੇ ਨਾਲ ਕੋਈ ਦੁਸ਼ਮਣੀ ਸੀ? ਜਦ ਤੈਨੂੰ ਇੰਨਾ ਪਤਾ ਤੂੰ ਅੰਤਰਜਾਮੀ ਹੈ, ਤੂੰ ਲੜਕੇ ਨੂੰ ਰੋਕਿਆ ਕਿਉਂ ਨਾ? ਤਾਂ ਭਾਈ ਲਾਲੋ ਕਹਿੰਦਾ ਜੀ ਜੋ ਕਰਤਾਰ ਦਾ ਭਾਣਾ, ਮੈਂ ਉਹਦੇ ਭਾਣੇ ਚ ਦਖਲ ਨਹੀਂ ਦਿੰਦਾ। ਤਾਂ ਹੀ ਤਾਂ ਫਕੀਰਾਂ ਨੇ ਕਿਹਾ ਨਾ ਤੇਰਾ ਭਾਣਾ ਮਿੱਠਾ ਲੱਗ। ਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠ ਕੇ ਵੀ ਉਹਨਾਂ ਨੇ ਕੀ ਬੋਲਿਆ ਵੀ ਤੇਰਾ ਭਾਣਾ ਮਿੱਠਾ ਲੱਗ ਗਿਆ, ਜਿਵੇਂ ਤੂੰ ਕਰਦਾ ਮੈਨੂੰ ਮਨਜ਼ੂਰ ਹੈ, ਮੈਂ ਤੇਰੇ ਭਾਣੇ ਚ ਦਖਲ ਨਹੀਂ ਦਿੰਦਾ। ਤੋ ਭਾਈ ਲਾਲੋ ਕਹਿਣ ਲੱਗੇ ਤੂੰ ਮੈਨੂੰ ਕੀ ਸਮਝਾਉਣਾ? ਆਹ ਜਿਹੜਾ ਦਰਖਤ ਸਾਹਮਣੇ ਦਿਸਦਾ ਹੈ? ਕਹਿੰਦਾ ਹਾਂ ਜੀ। ਕਹਿੰਦਾ ਅੱਜ ਤੋਂ ਅੱਠਵੇਂ ਦਿਨ ਤੂੰ ਇਹਦੇ ਨਾਲ ਫਾਂਸੀ ਲੱਗਣਾ। ਸਾਧੂ ਨੇ ਸੋਚਿਆ ਕਿ ਸੱਚੀ ਨਾ ਇਹ ਗੱਲ ਹੋ ਜੇ। ਸਾਧੂ ਦੌੜ ਪਿਆ, ਚਾਰ ਦਿਨ ਦੌੜਦਾ ਰਿਹਾ ਭੁੱਖਾ ਪਿਆਸਾ, ਆਖਿਰ ਵਿਆਕਲ ਹੋ ਕੇ ਡਿੱਗ ਪਿਆ, ਨੀਂਦ ਆ ਗਈ। ਜਦ ਨੀਂਦ ਖੁੱਲੀ ਤਾਂ ਫਿਰ ਪੁੱਠਾ ਉਸੇ ਪੈਰੀ ਦੌੜ ਪਿਆ, ਸਾਕੀ ਦਰਖਤ ਥੱਲੇ ਆ ਗਿਆ ਅੱਠਵੇਂ ਦਿਨ, ਨੀਂਦ ਆ ਗਈ। ਉਧਰ ਅਹਿਮਦਾਬਾਦ ਵਿੱਚ ਚੋਰੀ ਹੋਈ ਸੀ, ਚੋਰਾਂ ਨੇ ਕਿਹਾ ਵੀ ਬਾਕੀ ਮਾਲ ਤਾਂ ਆਪਾਂ ਵੰਡ ਲਿਆ, ਇਹ ਇੱਕ ਹਾਰ ਰਹਿ ਗਿਆ, ਜੇ ਆਪਾਂ ਇਹਨੂੰ ਤੋੜਾਂਗੇ ਤਾਂ ਇਹ ਬੇਕਾਰ ਹੋ ਜੂਗਾ, ਇੱਕ ਨੂੰ ਦੇਵਾਂਗੇ ਤੇ ਆਪਣੇ ਰੋਸ ਵੱਧ ਜੂਗਾ, ਵੀ ਕਿਉਂ ਨਾ ਚੰਗਾ ਹੋਵੇ ਸਾਧੂ ਦੇ ਗਲ ਚ ਪਾ ਦਿਓ, ਜਦੋਂ ਜਾਗੂਗਾ ਆਪੇ ਲੈ ਲੂਗਾ। ਹੁਣ ਉਧਰੋਂ ਪੁਲਿਸ ਆ ਗਈ, ਪਿੱਛੋਂ ਆ ਕੇ ਉਹਨਾਂ ਨੇ ਫੜ ਲਿਆ, ਕਿਉਂ ਮੁੱਦਾ ਮਿਲ ਗਿਆ ਸਾਧੂ ਦੇ ਗਲ ਚੋਂ, ਫਾਂਸੀ ਦਾ ਹੁਕਮ ਹੋ ਗਿਆ। ਜਦ ਫਾਂਸੀ ਦਾ ਹੁਕਮ ਹੋ ਗਿਆ ਤਾਂ ਉਹਨਾਂ ਨੇ ਪੁੱਛਿਆ ਵੀ ਤੂੰ ਕਿਸੇ ਨੂੰ ਮਿਲਣਾ ਚਾਹੁੰਦਾ ਹੈ? ਕਹਿੰਦੇ ਜੀ ਇੱਕ ਭਾਈ ਲਾਲੋ ਹੈ, ਉਹਨੂੰ ਮਿਲਣਾ ਚਾਹੁੰਦਾ। ਕਹਿੰਦੇ ਬੁਲਾਓ। ਬੁਲਾਇਆ ਲਾਲੋ ਨੂੰ, ਕਹਿੰਦਾ ਭਾਈ ਉਹੀ ਮੈਂ ਆ, ਉਹੀ ਦਰਖਤ ਹੈ ਔਰ ਫਾਂਸੀ ਦਾ ਹੁਕਮ ਹੋ ਚੁੱਕਾ ਹੈ, ਜਿਵੇਂ ਹੋ ਸਕਦਾ ਮੈਨੂੰ ਬਚਾ ਲੈ। ਭਾਈ ਲਾਲੋ ਕਹਿੰਦਾ ਵੀ ਤੂੰ ਇੱਕ ਘੰਟਾ ਸਬਰ ਕਰ, ਮੈਂ ਗੁਰੂ ਨਾਨਕ ਸਾਹਿਬ ਅੱਗੇ ਅਰਜ ਕਰਦਾ, ਸ਼ਾਇਦ ਤੇਰੀ ਮਨਜ਼ੂਰ ਹੋ ਜੇ। ਘੰਟੇ ਬਾਅਦ ਉਹ ਚੋਰ ਪਕੜੇ ਗਏ। ਜਦ ਚੋਰ ਪਕੜੇ ਗਏ ਤਾਂ ਉਹ ਕਹਿੰਦੇ ਵੀ ਆਪਣੇ ਇਕਵਾਲ ਕਰ ਲਿਆ, ਹੁਣ ਬੇਕਸੂਰ ਉਹ ਸਾਧੂ ਨਾ ਮਾਰਿਆ ਜਾਵੇ। ਉਹ ਚੋਰਾਂ ਨੇ ਕਿਹਾ ਜੀ ਹਾਰ ਅਸੀਂ ਲਿਆਂਦਾ ਸੀ, ਉਹ ਸਾਧੂ ਦੇ ਗਲ ਚ ਪਾਇਆ, ਉੱਥੋਂ ਖਬਰ ਆਈ ਵੀ ਇਹ ਸਾਧੂ ਬੇਕਸੂਰ ਹੈ, ਛੱਡ ਦਿਓ ਇਸ ਨੂੰ। ਜਦ ਛੱਡਿਆ ਤਾਂ ਭਾਈ ਲਾਲੋ ਕੋਲ ਗਿਆ, ਭਾਈ ਲਾਲੋ ਕਹਿੰਦਾ ਉੱਥੇ ਹੀ ਜਾ ਜਿੱਥੋਂ ਆਇਆ। ਫਿਰ ਉਹ ਗੁਰੂ ਨਾਨਕ ਸਾਹਿਬ ਕੋਲ ਗਿਆ ਤੇ ਫਿਰ ਉਹ ਪੈਰੀ ਪਿਆ, ਇਹ ਅਸੀਂ ਭਰਮ ਚ ਰਹਿ ਜਾਂਦੇ ਹਾਂ, ਸਾਨੂੰ ਭਰਮ ਹੀ ਖਾਈ ਜਾਂਦਾ ਸਾਰਾ, ਭਰਮ ਨੇ ਸਾਡਾ ਬੇੜਾ ਡੋਬ ਰੱਖਿਆ। ਜੇ ਸਾਡੇ ਅੰਦਰੋਂ ਭਰਮ ਨਿਕਲ ਜੇ ਕਿ ਅਸੀਂ ਤਨਖਾਹ ਲਵਾਂਗੇ, ਸਵਾਲ ਹੀ ਪੈਦਾ ਨਹੀਂ ਹੋ ਸਕਦਾ। ਰਿਜ ਨੂੰ ਪੱਲੇ ਰਿਜਕ ਨਾ ਰੱਖਦੇ, ਪੰਛੀ ਦੇ ਦਰਵੇਸ਼ ਜਿਨ੍ਹਾਂ ਨੂੰ ਤਵੱਕਾ ਰੱਬ ਦਾ ਰਿਜਕ ਮਿਲੇ ਹਮੇਸ਼ਾ।
ਕਦੇ ਦਰਵੇਸ਼ ਤੇ ਪੰਛੀ ਬੋਰੀਆਂ ਬੰਨ ਕੇ ਬਹਿੰਦਾ, ਪੰਛੀ ਰਾਤ ਨੂੰ ਬੇਚਾਰਾ ਚੋਗਾ ਚੁੱਕ ਕੇ ਦਰਖਤ ਤੇ ਬਹਿ ਜਾਂਦਾ, ਸਵੇਰੇ ਦਾਤਾ ਫੇਰ ਦਿੰਦਾ। ਐਵੇਂ ਜਿਵੇਂ ਦਰਵੇਸ਼ ਜਿਹੜੇ ਮਾਲਕ ਦੇ ਪਿਆਰੇ ਨੇ, ਉਹ ਆਪਣਾ ਰਾਤ ਨੂੰ ਬੈਠੇ ਸਵੇਰੇ ਮਾਲਕ ਹੋਰ ਦੇਊਗਾ। ਉਹਨਾਂ ਨੂੰ ਤਵੱਕਾ ਹੈ ਵੀ ਅੱਜ ਹੁਣ ਆਪਾਂ ਖਾ ਕੇ ਬੈਠੇ ਹਾਂ, ਸਵੇਰੇ ਫੇਰ ਦੇਊਗਾ। ਕੀ ਪੰਛੀਆਂ ਦੇ ਕੋਈ ਮਹਿਲ ਉਸਰੇ ਪੈਣ ਜਾਂ ਉਹਨਾਂ ਦੇ ਬੋਰੀਆਂ ਭਰੀਆਂ ਪਈਆਂ ਦਾਣਿਆਂ ਦੀਆਂ? ਉਹਨਾਂ ਨੂੰ ਵਿਸ਼ਵਾਸ ਹੈ ਨਾ ਬਈ ਸਵੇਰੇ ਆਪੇ ਦੇਊਗਾ। ਰੇ ਜਦੋਂ ਉਹਨਾਂ ਨੂੰ ਦਿੰਦਾ ਤੈਨੂੰ ਨੀ ਦੇਊਗਾ, ਤੈਨੂੰ ਵੀ ਦੇਊਗਾ। ਪਰ ਇਹਨੂੰ ਵਿਸ਼ਵਾਸ ਹੀ ਖਤਮ ਹੋ ਗਿਆ। ਵਿਸ਼ਵਾਸ ਕਾਹਦਾ ਹੈ? ਸਵਾਲਾਂ ਦਾ, ਉਹ ਐਂ ਕਿਉਂ ਹੋ ਗਿਆ, ਉਹ ਫਲਾਣਾ ਕੰਮ ਕਿਉਂ ਹੋ ਗਿਆ। ਇਹ ਤਾਂ ਨਹੀਂ ਸੋਚਦਾ ਵੀ ਮੈਂ ਕਰਮ ਕੀ ਕਰਦਾ। ਹੁਣ ਦਿਹਾੜੀ ਚ ਆਪਾਂ ਪਤਾ ਨਹੀਂ ਕਿੰਨਾ ਕੁ ਆਪਣੇ ਕੋਲ ਹੋ ਜਾਂਦਾ। ਆਪਣੇ ਤੇ ਸਪੈਸ਼ਲ ਕਿਰਪਾ ਕੀਤੀ ਹੈ ਸਤਿਗੁਰ ਨੇ, ਸਪੈਸ਼ਲ ਸਭ ਜੀਵਾਂ ਤੇ ਸਪੈਸ਼ਲ। ਅਨਾਮੀ ਸੱਚਖੰਡ ਤੋਂ ਆ ਕੇ ਪੰਜ ਤੱਤ ਦੇ ਪੋਤਲੇ 'ਚ ਬੈਠ ਕੇ, ਰਤਪੋ ਦੇ ਪਿੰਜਰੇ 'ਚ ਬੈਠ ਕੇ ਸਾਡੇ 'ਤੇ ਉਹਨਾਂ ਨੇ ਕਿਰਪਾ ਕੀਤੀ ਹੈ। ਪਰ ਸਾਨੂੰ ਲੂਣ ਹਰਾਮੀ ਨਹੀਂ ਬਣਨਾ ਚਾਹੀਦਾ, ਸਾਨੂੰ ਉਹਦੇ ਪਿਆਰੇ ਬੱਚੇ ਬਣਨਾ ਚਾਹੀਦਾ। ਉਹਦੇ ਕੋਲੋਂ ਮੰਗ ਮੰਗਣੀ ਚਾਹੀਦੀ ਹੈ ਕਿ ਸਤਿਗੁਰ ਤੂੰ ਮੇਰਾ ਬੇੜਾ ਪਾਰ ਉਤਾਰ ਦੇ, ਮੈਂ ਪਾਪੀਆਂ ਗੁਨਾਹੀਆਂ ਤੂੰ ਬਖਸ਼ਣਹਾਰ ਹੈ। ਤਾਂ ਜ਼ਰੂਰ ਸਾਨੂੰ ਉਹ ਸਤਿਗੁਰ ਮੌਕੇ 'ਤੇ ਲੈ ਕੇ ਜਾਏਗਾ, ਉਹਦਾ ਪੱਕਾ ਵਾਅਦਾ ਹੈ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਤੇਰੀ ਇੱਕ ਨਜ਼ਰ ਸੇ ਜ਼ਿੰਦਗੀ ਨਿਹਾਲ ਹੋ ਗਈ, ਤੇਰੀ ਇੱਕ ਨਜ਼ਰ ਸੇ ਸ਼ਾਦੀ ਕਮਾਲ ਹੋ ਗਈ, ਤੇਰੀ ਇੱਕ ਨਜ਼ਰ ਸੇ ਜ਼ਿੰਦਗੀ ਨਿਹਾਲ ਹੋ ਗਈ, ਤੇਰੀ ਇੱਕ ਨਜ਼ਰ ਸੇ ਜ਼ਿੰਦਗੀ ਨਿਹਾਲ ਹੋ ਗਈ। 84 ਵੀ ਕਾਟੇ ਰੂਹ ਬਹਾਲ ਹੋ ਗਈ, ਤੇਰੀ ਇੱਕ ਨਜ਼ਰ ਸੇ ਜ਼ਿੰਦਗੀ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਗੁਰ ਲਗੇ ਜਿਸੇ ਅਤ ਪਿਆਰੇ, ਤਿੰਨ ਕੁਲ ਕੁਟੁੰਬ ਸਭ ਤਾਰੇ। ਜਿਹਨੇ ਪਿਆਰਾ ਮਹਾਰਾਜ ਜੀ ਕਹਿੰਦੇ ਨਾ, ਸੱਚੇ ਪਾਤਸ਼ਾਹ ਤਾਂ ਸਤਸੰਗ ਹੈ, ਮਹਾਰਾਜ ਸਾਹਮਣੇ ਸਾਹ 12 ਸਤਸੰਗ ਨੇ, ਹੋਰ ਕੋਈ ਬਾਤ ਨਹੀਂ ਇਹਦੇ ਚਾਹੀ, 12 ਸਤਸੰਗ ਹੀ ਸਿਰ। ਤਾਂ ਗੁਰੂ ਮਹਾਰਾਜ ਜੀ ਕਹਿੰਦੇ ਨੇ ਵੀ ਜਿਸ ਨੂੰ ਗੁਰੂ ਪਿਆਰਾ ਲੱਗ ਗਿਆ, ਗੁਰੂ ਨਾਲ ਉਹਦਾ ਪਿਆਰ ਜੁੜ ਗਿਆ, ਗੁਰੂ ਨਾਲ ਉਹਦੀ ਮੁਹੱਬਤ ਬਣ ਗਈ, ਕਹਿੰਦਾ ਕੁਟੁੰਬ ਨੂੰ ਵੀ ਤਾਰ ਦੂਗਾ। ਆਪ ਤਾਂ ਤਰਨਾ ਸੀ, ਕੁਟੁੰਬ ਨੂੰ ਵੀ ਤਾਰ ਦੂਗਾ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਕਹਿੰਦੇ ਨੇ ਜਿਨ੍ਹੇ ਗੁਰੂ ਨਾਲ ਪਿਆਰ ਪਾ ਲਿਆ, ਅੰਦਰ ਗੁਰੂ ਨੂੰ ਪ੍ਰਤੱਖ ਕਰ ਲਿਆ, ਉਹ ਆਪ ਵੀ ਤਰ ਗਿਆ ਔਰ ਆਪਣੇ ਕੁਟੁੰਬ ਨੂੰ ਵੀ ਤਾਰ ਗਿਆ। ਮੈਂ ਮੁਖਤਲਿਫ ਗ੍ਰੰਥਾਂ ਵਿੱਚ ਲਿਖਿਆ ਦੇਖਿਆ ਹੈ ਕਿ ਜਿਹੜਾ ਅਦਨਾ ਦਰਜੇ ਦਾ ਭਗਤ ਏ, ਉਹਦੀਆਂ 4 ਕੁੱਲਾਂ ਤਰਦੀਆਂ ਨੇ, ਜਿਹੜਾ ਆਲਾ ਦਰਜੇ ਦਾ ਭਗਤ ਹੈ ਉਹਦੀਆਂ 7 ਕੁੱਲਾਂ ਤਰਦੀਆਂ ਨੇ। ਛੇਂਬਿਆਂ ਦੀ ਕੌਮ ਵਿੱਚ ਇੱਕ ਨਾਮਦੇਵ ਹੋਏ, ਸਾਰੀ ਕੌਮ ਨੂੰ ਫਕਰ ਹੈ। ਚਮਾਰਾਂ ਵਿੱਚ ਇੱਕ ਰਵਿਦਾਸ ਭਗਤ ਹੋਏ, ਅਸੀਂ ਉਹਦੀ ਕੌਮ ਦਾ ਅਦਬ ਕਰਦੇ ਹਾਂ। ਬੇਦੀਆਂ ਵਿੱਚ ਇੱਕ ਗੁਰੂ ਨਾਨਕ ਸਾਹਿਬ ਆਏ, ਅਸੀਂ ਉਸ ਕੁੱਲ ਦਾ ਅਦਬ ਕਰਦੇ ਹਾਂ। ਇਸੇ ਤਰ੍ਹਾਂ ਸੋਢੀਆਂ ਵਿੱਚ ਇੱਕ ਗੁਰੂ ਰਾਮਦਾਸ ਜੀ ਆਏ, ਅਸੀਂ ਸੋਢੀ ਕੌਮ ਦਾ ਕਿੰਨਾ ਅਦਬ ਕਰਦੇ ਹਾਂ। ਗਰਜੇ ਕਿ ਜਿਸ ਕੌਮ ਵਿੱਚ ਕੋਈ ਮਹਾਤਮਾ ਆ ਗਿਆ, ਅਸੀਂ ਉਸ ਕੌਮ ਦਾ ਅਦਬ ਕਰਦੇ ਹਾਂ। ਮਹਾਰਾਜ ਆਪਣੀ ਮਾਤਾ ਦਾ ਕੌਲ ਪਾਲਣ ਲਈ ਹਰਿਦੁਆਰ ਗਏ। ਮਾਤਾ ਨੇ ਕਿਹਾ ਸੀ ਕਿ ਸਾਡੇ ਫੁੱਲ ਹਰਿਦੁਆਰ ਤੁਸੀਂ ਆਪ ਜਾ ਕੇ ਪਾਉਣੇ। ਮਹਾਰਾਜ ਜੀ ਦੀ ਮਾਤਾ ਚੋਲਾ ਛੱਡਣ ਲੱਗੀ ਨਾ, ਤੇ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੀ ਵੀ ਮੇਰੇ ਫੁੱਲ ਤੂੰ ਆਪ ਹਰਿਦੁਆਰ ਲੈ ਕੇ ਜਾਣਾ ਨਾ। ਤੋ ਮਹਾਰਾਜ ਜੀ ਲੈ ਕੇ ਗਏ, ਉਹਦਾ ਅੱਗੇ ਜਵਾਬ ਦਿੰਦੇ ਨੇ। ਉੱਥੇ ਮਹਾਰਾਜ ਦੱਸਦੇ ਨੇ ਕਿ ਸਾਡੇ ਬਜ਼ੁਰਗਾਂ ਵਿੱਚੋਂ ਘੁੱਦੂ ਨਾਮ ਦਾ ਇੱਕ ਆਦਮੀ ਸੀ,
ਜੋ ਕਿ ਹੁਣ ਪਿੱਪਲ ਬਣਿਆ ਬੈਠਾ ਸੀ। ਬੋਲੋ ਅਸੀਂ ਕਰੋ ਫੈਸਲਾ। ਮਹਾਰਾਜ ਜੀ ਕਹਿੰਦੇ ਸਾਡੀ ਬਰਾਦਰੀ ਚੋਂ ਘੁੱਦੂ ਨਾਮ ਦਾ ਆਦਮੀ ਜਿਹੜਾ ਪਿੱਪਲ ਬਣਿਆ ਸੀ ਉੱਥੇ, ਉਹਦੇ ਵਾਸਤੇ ਮੈਂ ਗਿਆ, ਮੈਂ ਮਾਂ ਦੇ ਫੁੱਲ ਪਾਉਣ ਨਹੀਂ ਗਿਆ। ਔਰ ਉਹਦੇ ਢਾਈ ਪੱਤੇ ਤੋੜ ਕੇ ਖਾਧੇ, ਉਹ ਪਿੱਪਲ ਸੁੱਕ ਗਿਆ। ਬਤਾਓ ਅਸੀਂ ਚੌੜੇ ਹੋ ਜਾਂਦੇ ਹਾਂ, ਜੀ ਮੈਂ ਨਾਮ ਲੈ ਲਿਆ। ਰੇ ਭਾਈਆ, ਨਾਮ ਲੈ ਕੇ ਤੂੰ ਕੀਤਾ ਤਾਂ ਕੁਛ ਨੀ, ਦੁਕਾਨ ਚ ਮਾਲ ਪਾ ਕੇ ਰੱਖਤਾ, ਤਾਲਾ ਖੋਲੇ ਨੀ, ਕੌਣ ਗਾਹਕ ਲੈ ਕੇ ਜਾਊਗਾ ਮਾਲ? ਤਾਲਾ ਖੋਲੇਗਾ ਤਾਂ ਗਾਹਕ ਆਊਗਾ। ਜਦ ਤੂੰ ਅੰਦਰ ਖੁਆਇਸ਼ਾਂ ਦਾ ਤਾਲਾ ਲਾ ਰੱਖਿਆ, ਵਿਸ਼ੇ ਬਕਾਰਾਂ ਦਾ ਤਾਲਾ ਲਾ ਰੱਖਿਆ, ਤੂੰ ਸਤਿਗੁਰ ਤੇਰੇ ਅੰਦਰ ਆਊਗਾ ਕਿਵੇਂ? ਜੇ ਤੂੰ ਤਾਲਾ ਤੋੜੇਗਾ ਤਾਂ ਅੰਦਰ ਆਊਗਾ ਉਹ, ਨਾ ਤਾਲਾ ਤੋੜਦਾ ਨਾ ਉਹ ਅੰਦਰ ਵੜਦਾ। ਬੋਲੋ ਕਿੰਨੀ ਠੱਗੀ। ਅਸੀਂ ਉਸ ਪਿੱਪਲ ਦਾ ਉਧਾਰ ਕਰਨਾ ਸੀ, ਚੁਨਾਚੇ ਉਹਦੇ ਢਾਈ ਪੱਤੇ ਖਾਧੇ ਤਾਂ ਕੁਛ ਚਿਰ ਬਾਅਦ ਉਹ ਪਿੱਪਲ ਸੁੱਕ ਗਿਆ ਤੇ ਉਹਦੀ ਜੂਨ ਛੁੱਟ ਗਈ। ਤਨ ਤਨ ਸਤਿਗੁਰੂ। ਇੱਥੇ ਆਪਣੇ ਡੇਰੇ ਚ ਦਰਖਤ ਲੱਗੇ ਸੀ, ਐਡਾ ਮੋਟਾ ਪੇਡਾ ਸੀ ਨਿੰਮ ਦਾ। ਇੱਕ ਇੱਥੇ ਮੁੰਡਾ ਪਹਿਲਵਾਨ ਸੀ, ਪਹਿਲਵਾਨੀ ਕਰਦਾ ਸੀ। ਉਹਦਾ ਸਾਲਾ ਆ ਗਿਆ, ਕਹਿੰਦਾ ਮੈਨੂੰ ਡੇਰਾ ਦਿਖਾ ਕੇ ਲਿਆ। ਆਇਆ, ਅਸੀਂ ਚਾਹ ਬਣਾਉਣ ਲੱਗ ਗਏ, ਪਹਿਲਵਾਨ ਮੇਰੇ ਕੋਲ ਬਹਿ ਗਿਆ, ਗੱਲਾਂ ਕਰਨ ਲੱਗ ਗਿਆ। ਉਹ ਨਿੰਮ ਥੱਲੇ ਨਾ ਗਿਆ। ਹੁਣ ਸਾਨੂੰ ਨਹੀਂ ਪਤਾ ਲੱਗਿਆ ਉਹਦੇ ਨੌਤੇ ਦਾ, ਉਹ ਚਾਹ ਪੀ ਕੇ ਚਲੇ ਗਏ। ਜਦੋਂ ਸਵੇਰੇ ਉੱਠ ਕੇ ਮੈਂ ਦੇਖਿਆ ਤੇ ਨਿੰਮ ਸੁੱਕਾ ਪਿਆ, ਮਰਜਾਇਆ ਪਿਆ। ਮੈਂ ਸੋਚਿਆ ਵੀ ਰਾਤ ਨਿੰਮ ਸਹੀ ਸਲਾਮਤ ਸੀ, ਇਹ ਰਾਤੀ ਰਾਤ ਕਿਵੇਂ ਮਰਜਾ ਗਿਆ? ਮੈਂ ਦੇਖਿਆ ਉਹਦੇ ਥੱਲੇ ਥੋੜਾ ਗਿੱਲਾ ਥਾਂ ਪਿਆ। ਮੈਂ ਪਹਿਲਵਾਨ ਨੂੰ ਸੱਦਿਆ, ਮੈਂ ਕਿਹਾ ਵੀ ਤੇਰਾ ਰਿਸ਼ਤੇਦਾਰ ਇੱਥੇ ਨਾਤਾ ਨਹੀਂ ਗਿਆ? ਬੋਲਿਆ ਜੀ ਮੈਨੂੰ ਪਤਾ ਨਹੀਂ, ਮੈਂ ਪੁੱਛ ਕੇ ਆਉਂਦਾ। ਉਹ ਘਰੇ ਪੁੱਛ ਕੇ ਆਇਆ, ਕਹਿੰਦਾ ਹਾਂ ਜੀ ਨਾਤਾ ਸੀ। ਮੈਂ ਕਿਹਾ ਵਿਆਹ ਦੇਖ ਲਾ, ਸੋਚ ਇੰਨੇ ਇੰਨੇ ਪਾਪ ਇਹਦੇ ਪਏ ਨਾ। ਫਿਰ ਇੱਥੇ ਨਹੀਂ, ਅਸੀਂ ਕੈਥਲ ਰਹਿੰਦੇ ਸੀ, ਉੱਥੇ ਇੱਕ ਨਿੰਮ ਸਾਹਿਬ ਗੁਰਦੁਆਰਾ ਵੱਜਦਾ ਸੀ, ਅੱਜ ਵੀ ਉਹ ਗੁਰਦੁਆਰਾ ਮੌਜੂਦ ਹੈ। ਔਰ ਉਹਦੇ ਚ ਦੋ ਟਾਣੇ ਸੀ ਨਿੰਮ ਦੇ, ਇੱਕ ਕੌੜਾ ਇੱਕ ਮਿੱਠਾ। ਇੱਕ ਬੰਦਾ ਉਹਦੀ ਦਾਤਣ ਲੈ ਗਿਆ, ਨਿੰਮ ਸੁੱਕ ਗਿਆ। ਅਰੇ ਕਾਹਦੇ ਤੇ ਫਕਰ ਕਰਦਾ ਹੈ, ਕਾਹਦੇ ਤੇ ਮਾਨ ਕਰਦਾ ਹੈ? ਮੈਂ ਪ੍ਰੇਮੀ ਹਾਂ, ਇਹਦੇ ਅੰਦਰ ਕੋਠੇ ਭਰੇ ਪਏ ਨੇ ਪਾਪ ਦੇ, ਇਹ ਆਪਣੇ ਪਾਪ ਨੂੰ ਨਸ਼ਟ ਕਰਦੇ ਹੀ ਨਹੀਂ, ਜਾਊਗਾ ਕਿਹੜੇ ਵੇਲੇ? ਇਹ ਦੋਵੇਂ ਹਾਦਰ ਨਾਦਰ ਵਾਕਿਆ ਨੇ। ਬੋਲੋ, ਕਦੇ ਨਹਾਉਣ ਨਾਲ ਦਰਖਤ ਸੁੱਕਦਾ ਦੇਖਿਆ ਤੁਸੀਂ? ਫਿਰ ਇੰਨਾ ਮੋਟਾ ਪੇਟਾ ਵੀ, ਛੋਟਾ ਮੋਟਾ ਵੀ ਨਹੀਂ। ਔਰ ਉਹ ਨਿੰਮ ਦਾਤਣ ਤੋੜ ਨਾਲ ਸੁੱਕ ਗਿਆ, ਇਹਦੇ ਅੰਦਰ ਜ਼ਹਿਰ ਹੀ ਜ਼ਹਿਰ ਹੈ, ਹੋਰ ਹੈ ਹੀ ਕੁਛ ਨੀ। ਰਾਮ ਨਾਮ ਵਾਲਾ ਤਾਂ ਖਾਤਾ ਹੀ ਨੀ ਖੁੱਲਿਆ। ਸਵਾਮੀ ਜੀ ਕਹਿੰਦੇ ਨੇ ਪੁੱਤਰ, ਜਿੱਦੇ ਤੁਸੀਂ ਖਾਤਾ ਖੋਲ ਲਿਆ, ਜਿਵੇਂ ਬੱਚਾ ਆਪਾਂ ਜਾ ਕੇ ਬੱਚੇ ਨੂੰ ਦਾਖਲ ਕਰਦੇ ਹਾਂ, ਜਿੱਦੇ ਤੈਨੂੰ ਦਾਖਲਾ ਮਿਲ ਗਿਆ, ਉਦੇ ਤੂੰ ਇਹ ਦਸਵੀਂ ਗਲੀ ਚ ਆਵੇਂਗਾ। ਉਹਦਾ ਮਤਲਬ ਹੈ ਅੱਜ ਤੂੰ ਦਾਖਲ ਹੋ ਗਿਆ, ਪ੍ਰੇਮੀ ਬਣ ਗਿਆ ਦਸਵੀਂ ਗਲੀ ਚ। ਜਿੱਦੇ ਤੂੰ ਇੱਥੇ ਆ ਗਿਆ, ਉਦੇ ਤੂੰ ਪ੍ਰੇਮੀ ਬਣੇਗਾ, ਉਦੇ ਸਮਝ ਗਿਆ ਕਿ ਤੂੰ ਅੱਜ ਦਾਖਲ ਹੋ ਗਿਆ ਗੁਰੂ ਦੇ ਦਰਬਾਰ ਚ, ਅੱਜ ਤੂੰ ਸਤਸੰਗੀ ਬਣ ਗਿਆ। ਆਵਾ ਆਪਾਂ ਇੰਨੇ ਸਤਸੰਗੀਆਂ ਕਰੋ ਫੈਸਲਾ ਬੈਠ ਕੇ। ਪੁਰਾਣੇ ਨਵਿਆਂ ਦਾ ਕੀ ਸਵਾਲ ਹੈ? ਸਵਾਲ ਤਾਂ ਪ੍ਰੇਮ ਦਾ ਹੈ ਨਾ, ਜਗਾਉਣੀ ਤਾਂ ਅੰਦਰੋਂ ਰਹਿਮਤ ਹੈ। ਹੁਣ ਅਸੀਂ ਇੱਕ ਆਦਮੀ ਮੈਂ ਆਪਣੀ ਜ਼ਿੰਦਗੀ 'ਚ ਦੇਖਿਆ, ਇੱਥੇ ਕੂੜੇ ਮਹਿਤਾ ਬਰਾਦਰੀ 'ਚੋਂ ਸੀ, ਉਹ ਇੱਕ ਐਡੀ ਟੋਕਰੀ ਲਿਆਉਂਦਾ ਸਬਜ਼ੀ ਵੇਚਦਾ। ਕਿਤੇ 20 ਸਾਲਾਂ ਬਾਅਦ ਉਹ ਸਾਨੂੰ ਫਿਰ ਮਿਲਿਆ ਦੁਬਾਰਾ। ਮੈਂ ਉਹਨੂੰ ਕਿਹਾ, ਬਾਬਾ ਹੁਣ ਤੂੰ ਇਹ ਟੋਕਰੀ ਛੱਡ ਦੇ। ਮੈਨੂੰ ਕਹਿੰਦਾ ਨਾ। ਕਿਉਂ? ਕਹਿੰਦੇ ਇਹਦੇ 'ਚ ਬੜੀ ਕਰਾਮਾਤ ਹੈ। ਇਸ ਟੋਕਰੀ 'ਚੋਂ ਇੱਕ ਮੇਰਾ ਮੁੰਡਾ ਮਿਸਟੇਟ ਲੱਗਿਆ, ਇੱਕ ਮੁੰਡਾ ਮੇਰਾ ਓਵਰਸੀਅਰ ਲੱਗਿਆ, ਇੱਕ ਮੇਰੀ ਲੜਕੀ ਪ੍ਰੋਫੈਸਰ ਲੱਗੀ ਹੈ ਇਸ ਟੋਕਰੀ 'ਚੋਂ। ਕਹਿੰਦੇ ਇਹਦੇ 'ਚ ਬੜੀ ਕਰਾਮਾਤ ਹੈ। ਤਾਂ ਸਾਡੇ ਅੰਦਰ ਬੜੀ ਵੱਡੀ ਕਰਾਮਾਤ ਪਈ ਹੈਗੀ।
ਜੇ ਅਸੀਂ ਮਿਹਨਤ ਕਰੀਏ ਸਤਿਗੁਰ ਦੇ ਨਾਂ ਤੇ। ਪਹਿਲੀ ਗੱਲ ਤੇ ਜੀ ਗੁਰੂ ਅਰਜਨ ਸਾਹਿਬ ਨੇ ਕਿਹਾ ਕਿ ਪੁੱਤਰ ਤੂੰ ਕੀ ਕਰ, ਤਨ ਮਨ ਧਨ ਸੌਂਪ ਗੁਰ ਕੋ ਤਬ ਬੈਠੇ ਘਰ ਮਾਹੇ। ਕਹਿੰਦਾ ਤੂੰ ਸਤਿਗੁਰ ਨੂੰ ਇੱਕ ਚੀਜ਼ ਦੇ ਦੇ, ਚਾਹੇ ਤਨ ਦੇ ਦੇ, ਚਾਹੇ ਮਨ ਦੇ ਦੇ, ਚਾਹੇ ਧਨ ਦੇ ਦੇ, ਫਿਰ ਮੈਂ ਤੈਨੂੰ ਆਪਣੇ ਘਰ ਚ ਲੈ ਜਾਊਂਗਾ, ਤੈਨੂੰ ਖਾਲੀ ਨਹੀਂ ਰਹਿਣ ਦਿੰਦਾ। ਹੁਣ ਇਹ ਕੁਛ ਵੀ ਦੇਣ ਵਾਸਤੇ ਤਿਆਰ ਨਹੀਂ, ਸੁੱਕੇ ਅਲਾਂਬੇ। ਉਹ ਕਹਿੰਦਾ ਸੱਜਣਾ ਸੁੱਕੇ ਅਲਾਂਬੇ ਨਾਲ ਤਾਂ ਬਾਤ ਨਹੀਂ ਬਣਦੀ, ਕੁਛ ਨਾ ਕੁਛ ਕਰ, ਮਿਹਨਤ ਕਰ। ਇੱਥੇ ਪੰਚਕੂਲੇ ਦੀ ਬਾਤ ਇਹ ਮੇਰੇ ਕੋਲ ਹੋ ਗਏ 3 ਸਾਲ ਹੋ ਗਏ। ਉਹਦੇ ਬੱਚੇ ਉਹਦੇ ਆਪਦੇ ਬਾਪ ਨੂੰ ਕੁੱਟਦੇ ਮਾਰਦੇ ਬਾਹਰ ਕੱਢ ਦਿੰਦੇ। ਉਹ ਚਲੇ ਗਏ ਸੈਰ ਕਰਨ ਵਾਸਤੇ, ਜਿਵੇਂ ਅੱਜ ਕੱਲ੍ਹ ਉਹ ਬਰਫ਼ ਨਾਲ ਅੱਗੇ ਸੈਲਾਨੀ ਆਏ ਨੇ ਬਰਫ਼ ਨਾਲ ਖੇਡਦੇ ਨੇ, ਤੋ ਸੈਲਾਨੀਆਂ ਕੋਲ ਹਰਾਮ ਦਾ ਪੈਸਾ ਤਾਂ ਹੀ ਬਰਫ਼ ਨਾਲ ਖੇਡਦੇ ਨਾ, ਹੱਕ ਲਾਲ ਵਾਲੇ ਤਾਂ ਵਿਚਾਰੇ ਉੱਥੇ ਭੁੱਖੇ ਮਰਦੇ ਬੈਠੇ ਨੇ, ਅੱਗਾਂ ਵਾਲ ਵਾਲ ਦਿਨ ਕੱਟਦੇ ਨੇ। ਹੈਂ ਕੀ ਕਰਦੇ ਸੀ ਸੈਲਾਨੀਆਂ ਦੇ ਬੱਚੇ ਬਰਫ਼ ਨਾਲ ਖੇਡਦੇ? ਨਹੀਂ ਉਹ ਨਹੀਂ, ਪਹਿਲਾਂ ਬੋਲਦੇ ਸੀ ਹਾਂ ਬੋਲ ਸਕਦੇ। ਤੇਰੀ ਇੱਕ ਨਜ਼ਰ ਸੇ ਜ਼ਿੰਦਗੀ ਨਿਹਾਲ ਹੋ ਗਈ, ਤੂੰ ਜਮਸਤਾਨ ਸ਼ਾਦੀ ਕਮਾਲ ਹੋ ਗਈ। ਤੇਰੀ ਇੱਕ ਨਜ਼ਰ ਸੇ ਜ਼ਿੰਦਗੀ ਨਿਹਾਲ ਹੋ ਗਈ, ਤੇਰੀ ਇੱਕ ਨਜ਼ਰ ਸੇ ਜ਼ਿੰਦਗੀ ਨਿਹਾਲ ਹੋ ਗਈ। ਜਿਸਨੇ ਦਿਆ ਨਾਮਦਾਨ ਉਸੀ ਕਾ ਬੇੜਾ ਪਾਰ ਹੋਇਆ, ਜਿਸਨੇ ਲਿਆ ਨਾਮ ਦਾਨ ਉਸੀ ਕਾ ਬੇੜਾ ਪਾਰ ਹੁਆ। ਉਹ ਜਦੋਂ ਸੈਰ ਕਰਨ ਚਲੇ ਗਏ ਤਾਂ ਉਹਨੇ ਬਜ਼ੁਰਗ ਨੇ ਦਰਖਾਸਤ ਦਿੱਤੀ ਐਸ ਪੀ ਦੇ ਵੀ ਜੀ ਮੈਨੂੰ ਮਕਾਨ ਚੋਂ ਬਾਹਰ ਕੱਢ ਛੱਡਿਆ ਤੇ ਮੇਰੀ ਕੋਈ ਸੇਵਾ ਨਹੀਂ। ਜਦ ਮਾਂ ਪਿਓ ਦੀ ਸੇਵਾ ਨਹੀਂ ਕੀਤੀ, ਸਮਾਨ ਰੋਡ ਤੇ ਪਿਆ, ਮਕਾਨ ਵਿਕ ਗਿਆ, ਤੇ ਅਸੀਂ ਖੁਦਾ ਨਾਲ ਪਿਆਰ ਨਾ ਕਰਾਂਗੇ ਤਾਂ ਸੱਚਖੰਡ ਦਾ ਦਰਵਾਜ਼ਾ ਕਿਵੇਂ ਖੋਲੂਗਾ? ਬੋਲ ਮੇਰੇ ਹਾਦਰ ਨਾਦਰ ਵਾਕਿਆ। ਅੱਜ ਵੀ ਅਗਰ ਕੋਈ ਬਜ਼ੁਰਗ ਹੈ ਨਾ, ਬੱਚੇ ਸੇਵਾ ਨਹੀਂ ਕਰਦੇ ਤਾਂ ਆਪਣੀ ਜਾਇਦਾਦ ਵਾਪਸ ਲੈ ਸਕਦਾ, ਅਧਿਕਾਰ ਹੈ ਉਹਨੂੰ ਜੇ ਬੱਚੇ ਸੇਵਾ ਹੈ। ਹਾਂ ਵਾਪਿਸ ਲੈ ਸਕਦਾ ਹੈ। ਹਾਂ ਬਿਲਕੁਲ। ਹਾਂ ਜਿਸਨੇ ਲਿਆ ਨਾਮ ਦਾਨ ਜੀ ਉਸਕਾ ਬੇੜਾ ਪਾਰ ਹੋਇਆ, ਜਿਸਨੇ ਲਿਆ ਨਾਮ ਦਾਨ ਜੀ ਉਸਕਾ ਬੇੜਾ ਪਾਰ ਹੋਇਆ, ਜੋ ਜੋ ਪ੍ਰੇਮੀ ਦਰ ਪੇ ਆਤਾ ਸਭ ਕਾ ਹੈ ਉਧਾਰ ਹੋਇਆ, ਜੋ ਜੋ ਪ੍ਰੇਮੀ ਦਰ ਪੇ ਆਤਾ ਸਭ ਕਾ ਹੈ ਉਧਾਰ ਹੋਇਆ। ਦੁਨੀਆ ਵਾਲੋ ਸੇ ਅਬ ਦੁਨੀਆ ਵਾਲੋ ਸੇ ਨਿਆਰੀ ਚਾਲ ਹੋ ਗਈ, ਤੇਰੀ ਇੱਕ ਨਜ਼ਰ ਸੇ ਜ਼ਿੰਦਗੀ ਨਿਹਾਲ ਹੋ ਗਈ, ਪੂਜਾ ਮਸਤਾਨ ਸ਼ਾਦੀ ਕਮਾਲ ਹੋ ਗਈ, ਤੇਰੀ ਇੱਕ ਨਜ਼ਰ ਸੇ ਜ਼ਿੰਦਗੀ ਨਿਹਾਲ ਹੋ ਗਈ। ਤੋਲ ਕੇ ਤਾਂ ਸੀਮਿੰਟ ਲਾਉਂਦਾ ਸੀ, ਜਿਵੇਂ ਮਿਸਤਰੀ ਕਹਿੰਦਾ ਨਾ 3-1 ਦਾ ਵੀ, 3 ਕਿਲੋ ਰੇਤਾ ਤੇ 1 ਕਿਲੋ ਸੀਮਿੰਟ, ਉਹ ਤੱਕੜੀ ਨਾਲ ਤੋਲ ਕੇ ਸੀਮਿੰਟ ਲਾਉਂਦਾ ਡੇਰੇ ਚ ਵੀ ਇੰਨਾ ਰੇਤਾ ਤੇ ਇੰਨਾ ਸੀਮਿੰਟ। ਫਿਰ ਗਦਰਾ ਨੇ ਡੇਰਾ ਢਾਤਾ, ਉਹਦਾ ਸਮਾਨ ਆਇਆ ਜਲਾਲ ਨੇ, ਜਲਾਲ ਵਾਲੇ ਸਮਾਨ ਬੇਪਰਵਾਹ ਨੇ ਚੁਕਾ ਕੇ ਭੇਜਤਾ, ਚੋਰ ਮਾਰ ਸਤਨਾਮ ਜੀ ਪ੍ਰੇਮੀਆਂ ਨਾਲ ਲੜ ਪਏ, ਹਾਲੇ ਬੁੱਧ ਹੋ ਤੁਸੀਂ ਇਹ ਕੀ ਕੀਤਾ, ਮੈਂ ਸਮਾਨ ਲਿਆਂਦਾ ਤੁਸੀਂ ਗਾਹ ਕਿਉਂ ਲੁੱਟਾਤਾ।
ਉਸ ਦੇ ਬਦਲੇ ਬੇਪਰਵਾਹ ਨੇ ਦਿਖਾਇਆ ਵੀ ਸ਼ਾਹ ਮਸਤਾਨਾ ਦੇ ਵਿੱਚ ਸ਼ਾਮਨ ਸ਼ਾਹ ਦਾਤਾ ਖੁਦਾ ਵਸਦਾ, ਫਿਰ ਉਹਦਾ ਮਕਾਨ ਤੋੜਿਆ, ਉਹਨੂੰ ਦਿਖਾ ਦਿੱਤਾ ਵੀ ਖੁਦਾ ਕੋਈ ਚੀਜ਼ ਹੈ, ਖੁਦਾ ਕੋਈ ਪਾਵਰ ਹੈ। ਕੋਈ ਐਵੇਂ ਉਹਦਾ ਮਕਾਨ ਨਹੀਂ ਸੀ ਤੋੜਿਆ, ਉਹਨੂੰ ਦਿਖਾਇਆ ਵੀ ਖੁਦਾ ਕੋਈ ਪਾਵਰ ਹੈਗੀ, ਤੂੰ ਕਿੱਥੇ ਭੁੱਲਿਆ ਫਿਰਦਾ, ਭੁੱਲਿਆ ਨਾ ਰਹਿ। ਹੁਣ ਤੂੰ ਦੇਖ ਲੈ, ਪ੍ਰਿਥਵੀ ਨੂੰ ਮੈਂ ਮਿੰਨਤਾਂ ਕਰ ਲਈਆਂ, ਆਹ ਤੇਰੇ ਅੱਗੇ ਬੈਠਾ ਜ਼ਿੰਦਗੀ ਕਮਾਲ ਹੋ ਗਈ, ਇਹਦੀਆਂ ਮੈਂ ਮਿੰਨਤਾਂ ਕਰ ਲਈਆਂ, ਇੱਕੋ ਮਗਰ ਬੈਠਾ ਬਾਕੀ ਇਹਨਾਂ ਕੀ ਨਾਮ, ਹਾਂ ਕੀ ਵਜੇ ਭਾਈ ਨਰੇਟਾ ਕਿਵੇਂ ਆ ਜਾਂਦਾ, ਰਗਰੇਟਾ ਗੁਰੂ ਕਾ ਬੇਟਾ, ਉਹ ਰਗਰੇਟਾ ਗੁਰੂ ਕਾ ਬੇਟਾ ਬੈਠਾ ਇੱਕ ਸੁਣਨ ਵਾਸਤੇ ਤਿਆਰ ਹੀ ਨਹੀਂ, ਕਿਆ ਦਿਨ ਤੂੰ ਐਵੇਂ ਕਮਲ ਮਾਰਦਾ, ਤੇਰੀ ਗੱਲ ਨੀ ਸੁਣਦੇ ਅਸੀਂ, ਤੂੰ ਐਵੇਂ ਰੌਲਾ ਪਾਈ ਜਾਂਦਾ, ਆ ਪੁੱਛ ਲਓ ਮੂੰਹ ਤੇ ਬੈਠੇ ਨੇ ਕੁਛ ਹੋਰੀ ਤਾਂ ਨਹੀਂ, ਇਹਦੇ ਤਾਂ ਅਗਵਾਹ ਬੈਠਾ ਮੁੰਡਾ 40 ਸਾਲ ਦਾ, ਜੇ ਸੁਣਦਾ ਤੇ ਦੇਖ ਲਾ, ਹੁਣ ਉਂਗਲ ਹੋਰ ਦਿਖਾਈ ਜਾਂਦਾ, ਉਹ ਸਹੀ ਆ ਤਾਂ ਇੰਨਾ ਕਿ ਕਿਸੇ ਨੇ ਛਾਪ ਕਢਾ ਲਈ, ਉਹਨੇ ਆਪਣੀ ਛਪਰੀ ਨੂੰ ਅੱਗ ਲਾਤੀ, ਵੀ ਲੋਕਾਂ ਨੇ ਮੈਨੂੰ ਪੁੱਛਿਆ ਨੀ, ਉਹ ਜਿਹਨੂੰ ਬਿਠਾਵਿਆ ਕਿ ਬਹਿ ਜੋ ਕਤਾਰੋ ਕਤਾਰ ਸਾਰੇ, ਵੀ ਮੇਰੀ ਉਂਗਲ ਦਿਖਾ ਦਿਆ, ਛੱਪਰੀ ਵਾਲ ਲਈ ਉਂਗਲ ਦਿਖਾਉਣ ਪਿੱਛੇ, ਤੂੰ ਉਹ ਗੱਲ ਕਰਦਾ ਨਹੀਂ, ਹਾਂਜੀ ਦੇਖ ਲਾ, ਹਾਂ ਕਰ ਪੂਰਾ, ਤੇਰੀ ਇੱਕ ਨਜ਼ਰ ਸੇ ਜ਼ਿੰਦਗੀ ਨਿਹਾਲ ਹੋ ਗਈ, ਪੂਜਾ ਮਸਤਾਨਾ ਸ਼ਾਹ ਦਿਲ ਕਮਾਲ ਹੋ ਗਈ, ਤੇਰੀ ਇੱਕ ਨਜ਼ਰ ਸੇ ਜ਼ਿੰਦਗੀ ਨਿਹਾਲ ਹੋ ਗਈ। ਝੰਡਾ ਕਹਿਣ ਲੱਗਾ ਵੀ ਮੈਂ ਜਾਣਾ ਡੇਰੇ ਤੇ ਤੁਸੀਂ ਜੇ ਕੋਈ ਬਈ ਬਾਬੇ ਨੂੰ ਸੁਨੇਹਾ ਦੇਣਾ, ਮੈਂ ਕਿਹਾ ਵੀ ਸੰਤਾਂ ਨੂੰ ਵੀ ਕੋਈ ਸੁਨੇਹਾ ਦੇਈਦਾ ਹੁੰਦਾ ਕਮਲਿਆ, ਹਾਂ ਇੱਕ ਕੰਮ ਹੈ ਵੀ ਤੂੰ ਪ੍ਰਸ਼ਾਦ ਲਿਆ ਦੇ, ਸਾਨੂੰ ਚੋਰ ਮਾਰ ਸੀ ਬੇਪਰਵਾਹ, ਜਦੋਂ ਝੰਡੇ ਨੇ ਮੰਗਿਆ ਪ੍ਰਸ਼ਾਦ ਜੀ ਪ੍ਰਸ਼ਾਦ ਮੰਗਾਇਆ ਤਾਂ ਬੇਪਰਵਾਹ ਕਹਿੰਦੇ ਪ੍ਰਸ਼ਾਦ ਲੈ ਜਾ, ਪਰ ਇੱਕ ਸ਼ਰਤ ਹੈ ਵੀ ਹਰਵੰਸ਼ ਦਾ ਮਕਾਨ ਤੋੜ ਕੇ ਸੱਚੇ ਸੌਦੇ ਵੜਨ ਦਾ ਹੁਕਮ ਹੈ, ਨਹੀਂ ਤਾਂ ਸੱਚੇ ਸੌਦੇ ਨਹੀਂ ਵੜਨਾ, ਤੂੰ ਕਰਦਾ ਨਾ ਤਾਂ ਹਰਵੰਸ਼ ਸੀ ਹੈ, ਸਤਨਾਮ ਤਾਂ ਬਾਬੇ ਨੇ ਬਹੁਤ ਬਾਅਦ ਚ ਰੱਖਿਆ ਲਾਸਟ ਚ ਆ ਕੇ, ਫਿਰ ਉੱਥੇ ਇੱਕ ਬਚਨ ਵੀ ਫਰਮਾਇਆ ਅੱਗੇ ਵੀ ਜੋ ਇਸ ਕੋ ਹਰਵੰਸ਼ ਸੱਦੇਗਾ ਉਹ ਨਰਕੋਂ ਮੇਂ ਜਾਏਗਾ। ਹਾਂਜੀ ਤੋ ਅਸੀਂ ਪ੍ਰਸ਼ਾਦ ਖਾ ਕੇ ਸਿੱਧੇ ਜਲਾਲ ਵਾਲੇ ਵਾ ਕੇ ਸਤਨਾਮ ਜੀ ਨੂੰ ਆਖਿਆ ਵੀ ਬਾਬੇ ਦਾ ਹੁਕਮ ਹੈ ਮਕਾਨ ਤੋੜਨਾ, ਕਹਿੰਦਾ ਵੀ ਤੋੜ ਦਿਓ ਪਰ ਮੇਰੀ ਮਾਂ ਨੂੰ ਮਨਾ ਲਓ। 2 ਸਾਲ ਮਾਤਾ ਨਹੀਂ ਮੰਨੀ, 2 ਸਾਲ ਅਸੀਂ ਉਹਦੇ ਘਰੇ ਰਹੇ, ਸੱਚੇ ਸੌਦੇ ਕਦਮ ਨਹੀਂ ਪਾਇਆ, ਨਾ ਗਏ ਜਲਾਲਾ ਨੇ ਡੇਰੇ ਚ, ਨਾ ਗਏ ਸੱਚੇ ਸੌਦੇ, 2 ਸਾਲ ਉਹਦੇ ਘਰੇ ਰਹੇ, 2 ਸਾਲਾਂ ਬਾਅਦ ਮਾਤਾ ਮੰਨੀ, ਫਿਰ ਉਹ ਮਕਾਨ ਤੋੜਿਆ, ਸੱਚੇ ਸੌਦੇ ਸਮਾਨ ਲੈ ਕੇ ਗਏ, ਫਿਰ ਡੇਰੇ ਚ ਵੜੇ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਫਿਰ ਬੇਪਰਵਾਹ ਨੇ ਕਿਹਾ ਪੁੱਤਰ ਜਿਸ ਕੀ ਨਹਿਰ ਸੇ ਪਾਣੀ ਆਤਾ ਉਸ ਸਾਥ ਵਿਗਾੜਨਾ ਨੇ ਤੇਰੀ ਕਿਆਰੀ ਸੁੱਕੀ ਰਹਿ ਜੂ। ਅਸੀਂ ਹੁਣ ਦਾਅਵੇ ਨਾਲ ਆਖਦੇ ਹਾਂ ਵੀ ਜੋ ਸ਼ਾਹ ਮਸਤਾਨਾ ਬਲੋਚਿਸਤਾਨੀ ਨੇ ਦਇਆ ਕੀਤੀ ਸੀ ਅਗਰ ਸਾਨੂੰ ਉਹ ਕੋਈ ਵਾਪਸ ਲਿਆ ਦੇ ਭਾਵੇਂ ਸਾਡੇ ਸਰੀਰ ਦਾ ਕੀਮਾ ਬਣਾ ਲੈ। ਕੀਮਾ ਸਮਝਦੇ ਨਾ, ਥੋੜਾ ਥੋੜਾ ਕੱਟਣਾ, ਅਸੀਂ ਆਂਦੇ ਕੀਮਾ ਬਣਾ ਲੇ ਬੇਸ਼ੱਕ ਪਰ ਸਾਨੂੰ ਉਹ ਦੌਲਤ ਵਾਪਸ ਲਿਆ ਦੇ, ਕੌਣ ਲਿਆ ਕੇ ਦੇਵੇ? ਕੋਈ ਇਹ ਮਾਮੂਲੀ ਬਾਤ ਨਹੀਂ ਹੈ, ਸਿਆਣੇ ਬਣੋ, ਹਿੰਮਤ ਕਰੋ, ਜੇ ਬੇਪਰਵਾਹ ਦੇ ਪੁੱਤਰ ਪਹਿਲਵਾਨ ਬਣੋ, ਪਹਿਲਵਾਨ ਬਣੋ, ਦੁਨੀਆਂ ਦੇ ਕੰਮਾਂ ਤੇ ਲੱਤ ਮਾਰੋ, ਸਤਿਗੁਰੂ ਵਾਲੇ ਪਾਸੇ ਚੱਲੋ, ਆਪਾਂ ਨੂੰ ਜਿਹਦੇ ਚ ਨਫ਼ਾ ਜ਼ਿੰਦਗੀ ਦਾ ਆਪਾਂ ਸਬਰ ਪੂਰਾ ਕਰਨਾ, 84 ਕੱਟਣੀ ਹੈ, 84 ਕੋਈ ਛੋਟੀ ਮੋਟੀ ਜੇਲ ਨਹੀਂ, ਬਹੁਤ ਵੱਡੀ ਜੇਲ ਹੈ, ਕੋਈ ਖੇਡ ਤਮਾਸ਼ਾ ਨਹੀਂ ਹੈ, ਇਹ ਤੋਂ ਡਰੋ ਹਰ ਵਕਤ, ਤਾਂ ਤੇ ਸਾਡਾ ਬੇੜਾ ਪਾਰ ਹੈ, ਨਹੀਂ ਤਾਂ ਬਹੁਤ ਮੁਸ਼ਕਲ ਹੈ।
बोलो। तेरी एक नजर से जिंदगी निहाल हो गई, पूजा मस्ताना शादी कमाल हो गई। तेरी एक नजर से जिंदगी निहाल हो गई। सतगुर की जब मैर होए तो वही सत्संग आता है, सतगुर की जब मैर होए तो वही सत्संग आता है। सुनकर जो है अमल कमाता वही लाभ उठाता है, सुनकर जो है लाभ कमाता वही लाभ उठाता है। शहनशाह दे डरते हो, शहनशाह दे डरते साड़ी संभाल हो गई। तेरी एक नजर से जिंदगी निहाल हो गई, तेरी एक नजर से जिंदगी निहाल हो गई। पूजा मस्ताना शादी कमाल हो गई, पूजा मैनेजर साहब दी कमाल हो गई। तेरी एक नजर से जिंदगी निहाल हो गई, तेरी एक नजर से जिंदगी निहाल हो गई। धन धन सतगुरु तेरा ही आसरा, श्याम स्तना शाह बलोचिस्तन जी तेरा ही आसरा। एना नजरां दी प्यास बुझान खातर तेरे सामने बैण नू जी करदा। शाह मस्ताना बलोचिस्तानी जी तेरा जोगड़ा जोगड़ा रवां जोगा, रजा तेरी च रहण नू जी करदा। होठ बंद करके अखां खोल के ते गल दिल दी कहण नू जी करदा। खुशी खुशी त्याग के सब खुशियां, खुशियां शाम साना जी दिया लैण नू जी करदा। तेरा है नाम साईं, तू है सब दसाई, तू है सब निथाई, तू जानी जान, तू मेहरबान मेहरबान मेहरबान। तेरा दरबार अली, तेरी है शान अली, तू अली शान, तुझे कुर्बान मेरी जान मेरी जान। तेरा है नाम साईं, के तू है सब निथाई, के तू है सब निथाई, तू जानी जान, तुझे कुर्बान मेरी जान मेरी जान। ये मस्तियां ये भोलापन जो तुझ में है कहीं नहीं, ये मस्तियां ये भोलापन जो तुझ में है कहीं नहीं। दिलों को ये बख्शिशें ये रहमतें जो तुझ में है कहीं नहीं। दिलों को जीतने का फन जो तुझ में है कहीं नहीं। मैं तेरे चरणों में पा लिया दो जहां, मैं तेरे जहां, मैं तेरी नजरों पे पा गया तो जहां। तेरा है नाम साईं, के तू है सब नसाईं, के तू है सब निथाईं, तू जानी जान, तू मेहरबान मेहरबान मेहरबान, तुझे कुर्बान मेरी जान मेरी जान। करीम और राज
रहीम बख्श हो मस्ताना शाह तुम्ही ही हो करीम और राज़िक रहीम बख्श हो मस्ताना शाह तुम्ही ही हो हम गरीबों के पात बख्श हो मस्ताना शाह तुम्ही ही हो मैं तेरे दर पे है पालिया दो जहां मैं तेरे दर पे है पालिया दो जहां तेरा है नाम साईं के तू है सब निसाई के तू है सब निसाई तू जानी जा तू मेहरबान 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 तू मेहरबान 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 हर जगह में तेरा नूर शहनशाह तुम्ही ही हो हर जगह में तेरा नूर शहनशाह तुम्ही ही हो